ਸੋ ਉਸ ਮੌਕੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਪ੍ਰੋਟੈਸਟ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇੱਕ ਜਹਾਜ਼ ਅਗਵਾ ਕੀਤਾ ਸੀ ਤਾਂ ਕਿ ਉਹ ਜਹਾਜ਼ ਨੂੰ ਕਿਤੇ ਲਿਜਾ ਕੇ ਇਹ ਦਬਾਅ ਪਾਇਆ ਜਾਵੇ ਸਰਕਾਰ 'ਤੇ ਕਿ ਸੰਤਾਂ ਨੂੰ ਰਿਹਾ ਕੀਤਾ ਜਾਵੇ। ਪਰ ਅਨਫਾਰਚੂਨੇਟਲੀ ਇੰਟਰਨੈਸ਼ਨਲ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਕੋਈ ਵੀ ਦੇਸ਼ ਮਦਦ ਕਰਨ ਨੂੰ ਤਿਆਰ ਨਹੀਂ ਸੀ। ਜਹਾਜ਼ ਤਾਂ ਦੇਸ਼ ਤੋਂ ਬਾਹਰ ਲੈ ਗਏ ਪਰ ਕੋਈ ਵੀ ਦੇਸ਼ ਨੇ ਬਾਹ ਨਾ ਫੜੀ। ਫਿਰ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਉਹ ਲੈਂਡ ਕੀਤਾ, ਉੱਥੋਂ ਦੀ ਗੌਰਮੈਂਟ ਨੇ ਗ੍ਰਿਫਤਾਰ ਕਰ ਲਿਆ ਅਤੇ 10 ਸਾਲ ਉਹ ਲਾਹੌਰ ਕੋਟਲਾ ਪਤਰਾਏ ਜੇਲ੍ਹ ਦੇ ਵਿੱਚ ਰਹੇ ਬੜੀਆਂ ਔਖੀਆਂ ਹਾਲਤਾਂ 'ਚ। ਉਹਨਾਂ ਨੂੰ ਉਹਨਾਂ ਨੇ ਸਜ਼ਾ ਦਿੱਤੀ ਕਾਨੂੰਨ ਮੁਤਾਬਕ, ਉਹ ਸਜ਼ਾ ਕੱਟ ਕੇ ਫਿਰ ਉਹ ਬਾਹਰ ਆ ਗਏ। ਪਰ ਉਹਨਾਂ ਨੇ ਬਾਹਰ ਆ ਕੇ ਇਹ ਫੈਸਲਾ ਕਰ ਲਿਆ ਕਿ ਮੈਂ ਵਾਪਸ ਇੰਡੀਆ ਨਹੀਂ ਜਾਣਾ, ਕਿ ਜਿੰਨਾ ਚਿਰ ਗੁਲਾਮ ਹੈ ਉੱਥੇ, ਜਿੰਨਾ ਚਿਰ ਅਸੀਂ ਗੁਲਾਮ ਹਾਂ, ਮੈਂ ਉਹ ਗੁਲਾਮੀ ਦੇ ਜੂੜੇ ਦੇ ਵਿੱਚ ਮੁੜ ਕੇ ਜਾ ਕੇ ਨਹੀਂ ਫਸਣਾ। ਸੋ ਉੱਥੇ ਰਹਿ ਕੇ ਸੰਘਰਸ਼ ਨਾਲ ਜੁੜੇ ਰਹੇ, ਸੇਵਾ ਕਰਦੇ ਰਹੇ, ਸਾਲ ਗੁਜ਼ਰਦੇ ਗਏ। ਸੋ ਤਕਰੀਬਨ 43 ਸਾਲ ਉਹ ਇਸ ਤਰ੍ਹਾਂ ਹੀ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ। ਅਤੇ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਬੇਟੀ, ਉਹ ਪਹਿਲਾਂ ਅਮੈਰੀਕਾ ਵਿੱਚ ਸੀ ਪਰ ਉਹਦੀ ਵਾਈਫ ਨੂੰ ਅਮੈਰੀਕਾ ਨੇ ਵੀ ਸ਼ਰਨ ਨਾ ਦਿੱਤੀ, ਜਿਹਦੇ ਕਰਕੇ ਉਹਨਾਂ ਨੂੰ ਜਰਮਨੀ ਜਾਣਾ ਪਿਆ। ਸੋ ਬੇਟੀ ਇੱਥੇ ਅਤੇ ਮਾਂ ਉਹਦੀ ਜਰਮਨੀ 'ਚ ਅਤੇ ਬਾਪ ਪਾਕਿਸਤਾਨ। ਇਹ ਇੱਕ ਪਰਿਵਾਰ ਦੀ ਵੈਸੇ ਕਹਾਣੀ ਨਹੀਂ। ਜਦੋਂ ਆਪਾਂ ਇੱਕ ਪਿਛਲੇ ਸਮੇਂ 'ਤੇ ਨਜ਼ਰ ਮਾਰਦੇ ਹਾਂ ਨਾ, ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ, ਉਹਨੂੰ ਆਈਸੋਲੇਸ਼ਨ 'ਚ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਕਿ ਉਹ ਅਚਾਨਕ ਕਿਤੋਂ ਪੈਦਾ ਨਹੀਂ ਹੋ ਗਈ। ਵਰਤਮਾਨ ਨੂੰ ਸਮਝਣ ਵਾਸਤੇ ਹਮੇਸ਼ਾ ਅਤੀਤ ਵਿੱਚ ਜਾਣਾ ਪੈਂਦਾ, ਪਾਸਟ, ਜਿੱਥੇ ਅਨੇਕਾਂ ਰੂਪਾਂ ਦੇ ਵਿੱਚ ਜਬਰ ਸਹਿਣਾ ਪਿਆ। ਇੱਕ ਤਾਂ ਇਹ ਕਿ ਫੜ ਕੇ ਟੋਰਚਰ ਕੀਤਾ, ਗੋਲੀ ਮਾਰਤੀ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰਾਂ ਦੇ ਪਰਿਵਾਰ ਕਿਵੇਂ ਉਜਾੜੇ। ਪਰ ਇੱਕ ਜਿਹੜਾ ਆ ਸੰਤਾਪ ਹੰਡਾਉਣਾ ਪਿਆ ਲੋਕਾਂ ਨੂੰ ਕਿ ਪਰਿਵਾਰਾਂ ਤੋਂ ਵਿਛੜ ਗਏ, ਇੱਥੇ ਆ ਕੇ ਅਸਾਈਲਮ ਲੈ ਲਿਆ, ਮੁੜ ਕੇ ਜਾ ਨਹੀਂ ਸਕੇ, ਕਿਸੇ ਦਾ ਬਾਪ ਪੂਰਾ ਹੋ ਗਿਆ, ਕਿਸੇ ਦੀ ਮਾਤਾ ਪੂਰੀ ਹੋ ਗਈ, ਭੋਗ 'ਤੇ ਵੀ ਨਹੀਂ ਜਾ ਸਕੇ। ਅਤੇ ਉਹਨਾਂ ਨੇ ਕਿਤੇ ਵੀ ਜ਼ਿੰਦਗੀ ਦੇ ਵਿੱਚ ਸਮਝੌਤਾ ਨਹੀਂ ਕੀਤਾ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ, ਉਹਨਾਂ ਦੀਆਂ ਕਵਿਤਾਵਾਂ ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਕਿ ਗੈਰਤ ਕੀ ਹੁੰਦੀ ਹੈ, ਕੌਮੀ ਗੈਰਤ ਕੀ ਹੁੰਦੀ ਹੈ, ਅਤੇ ਉਹਦੇ ਵਾਸਤੇ ਕਿਵੇਂ ਸਾਰੀ ਜ਼ਿੰਦਗੀ ਕੁਰਬਾਨੀ ਦੇਣੀ ਪੈਂਦੀ ਹੈ। ਕਿਉਂਕਿ ਮੇਰੇ ਮੁਤਾਬਕ ਸਭ ਤੋਂ ਗੰਭੀਰ ਸਮੱਸਿਆ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੈ, ਇਹ ਜੇ ਸਿੱਖ, ਇਹ ਜੇ ਪੰਜਾਬੀ, ਉਹ ਹੈਗੀ ਮੋਰਲ ਡੀਜਨਰੇਸ਼ਨ, ਬਹੁਤ ਆ ਚੁੱਕੀ ਹੈ। ਇਹੀ ਸਾਡੀ ਤਾਕਤ ਸੀ, ਇਹੀ ਸਾਡੀ ਪਛਾਣ ਸੀ, ਜਿੱਥੋਂ ਹਰ ਜਗ੍ਹਾ ਬੰਦੇ ਵੀ ਪੰਜਾਬੀ ਨੂੰ ਜਾਂ ਸਿੱਖ ਨੂੰ ਉਹ ਦੇਖਦੇ ਸੀਗੇ ਕਿ ਇਹਦਾ ਕਰੈਕਟਰ ਬਹੁਤ ਤਕੜਾ। ਅਤੇ ਅੱਜ ਉੱਥੇ ਇਸੇ ਪੱਖੋਂ ਹੀ ਬਹੁਤ ਜ਼ਿਆਦਾ ਨਿਗਾਰ ਆ ਗਿਆ। ਮੈਂ ਤਕਰੀਬਨ 31 ਸਾਲ ਆਪਦਾ ਅੰਡਰਗਰਾਊਂਡ ਲਾਈਫ ਦੇ ਵਿੱਚ ਰਿਹਾ, ਅਤੇ ਜਦੋਂ ਲਾਈਫ ਖਤਮ ਹੋਈ ਜਾਂ ਜਦੋਂ ਲਹਿਰ ਖਤਮ ਹੋ ਗਈ, ਪਹਿਲਾਂ ਨਕਸਲਾਈਟ ਲਹਿਰ ਚੱਲੀ, ਮੁੜ ਕੇ ਖਾੜਕੂ ਲਹਿਰ ਚੱਲੀ, ਅਤੇ ਉਹਨਾਂ ਦੋਹਾਂ 'ਚ ਹੀ ਮੈਂ ਸਰਗਰਮ ਰਿਹਾ।
ਜਦੋਂ ਲਹਿਰ 95 'ਚ ਆ ਕੇ ਸਮਝ ਲਓ ਆਪਾਂ ਕਹਿ ਸਕਦੇ ਹਾਂ ਕਿ ਖਾੜਕੂ ਲਹਿਰ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਇਹ ਕਹਿ ਸਕਦੇ ਹਾਂ ਕਿ ਫੋਰਮਲੀ ਉਹ ਠੱਪ ਹੋ ਗਈ ਲਹਿਰ। ਸੋ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਗੁਰੂ ਸਾਹਿਬਾਨ ਨੇ ਕੀ ਕੀਤਾ ਵੱਖਰਾ ਦੂਜੇ ਸਾਰੇ ਇਨਕਲਾਬਾਂ ਨਾਲ, ਉਹਨਾਂ ਨੇ ਸਿਸਟਮ ਇਕੱਲੇ ਨਹੀਂ ਬਦਲੇ, ਉਹਨਾਂ ਨੇ ਜ਼ੋਰ ਦਿੱਤਾ ਮਨੁੱਖ ਨੂੰ ਬਦਲਣ 'ਤੇ, ਉਹਦਾ ਕਾਇਆ ਕਲਪ ਕਰਨ 'ਤੇ। ਸੋ ਉਹ ਜਿਹੜੇ ਬੰਦੇ ਬਦਲਤੇ ਉਸੇ ਸਮਾਜ ਦੇ ਵਿੱਚੋਂ ਹੀ ਜੋ ਸਿੱਖ ਬਣ ਗਏ, ਉਹਨਾਂ ਦਾ ਇੱਕ ਆਤਮਕ ਕਾਇਆ ਕਲਪ ਹੋ ਗਿਆ। ਮੈਂ ਜਦੋਂ ਇੱਕ ਵਾਰ 1970 'ਚ ਮੈਂ ਗ੍ਰਿਫਤਾਰ ਹੋਇਆ ਸੀ ਪੁਲਿਸ ਨੇ, ਅਤੇ ਮੈਨੂੰ ਇੰਟੈਰੋਗੇਟ ਕਰਨ ਵਾਸਤੇ ਅੰਮ੍ਰਿਤਸਰ, ਉਦੋਂ ਸਪੈਸ਼ਲ ਇੰਟੈਰੋਗੇਸ਼ਨ ਸੈਂਟਰ ਹੁੰਦਾ ਸੀ, ਉੱਥੇ ਇੰਟੈਰੋਗੇਟ ਕਰਦਿਆਂ ਉੱਥੇ ਕੋਈ ਇੱਕ ਟੀਮ ਆਈ, IB ਦੇ ਟ੍ਰੇਨੀ ਜਿਹੜੇ ਹੁੰਦੇ ਆ ਨਵੇਂ ਮੁੰਡੇ ਭਰਤੀ ਹੋਏ, ਅਤੇ ਉਹਨਾਂ ਨੂੰ ਮੈਨੂੰ ਖਾਸ ਤੌਰ 'ਤੇ ਮਿਲਾਇਆ ਗਿਆ। ਉਹਨਾਂ ਦਾ ਵੱਧ ਇੰਟਰਸਟ ਇਹ ਹੁੰਦਾ ਵੀ ਇਹ ਮੋਟੀਵੇਟ ਕਿੱਥੋਂ ਹੋਏ। ਜਿਹੜੀ ਹੇਠਲੀ ਪੁਲਿਸ ਆ ਸਾਡੀ ਥਾਣੇ ਵਾਲੀ, ਉਹਨਾਂ ਨੂੰ ਤਾਂ ਹੁੰਦਾ ਵੀ ਹੋਰ ਬੰਦੇ ਕਿਹੜੇ ਕਿਹੜੇ, ਹਥਿਆਰ ਕਿਹੜੇ। ਸੋ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾ ਵੀ ਇੱਥੇ ਤਾਂ ਮਰ ਕੇ ਹੀ ਸੱਚਾ ਦਿਖਾਉਣਾ ਪੈਂਦਾ, ਮੈਂ ਸੱਚਾ, ਉਹਦੇ ਵਾਸਤੇ ਮਰਨਾ ਪੈਂਦਾ ਪਹਿਲਾਂ। ਇਹ ਰੋਗ ਸਾਡੇ ਲੱਗ ਗਿਆ ਬਹੁਤ ਜ਼ਿਆਦਾ, ਇਹ ਤਾਂ ਗੁਰਬਾਣੀ ਤੋਂ ਟੁੱਟੇ ਹਾਂ, ਮਨ ਕਮਜ਼ੋਰ ਹੋਏ ਨੇ, ਅਤੇ ਕਮਜ਼ੋਰ ਮਨਾਂ 'ਚ ਇਹੋ ਜਿਹਾ ਸਭ ਕੁਛ ਪੈਦਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਡਾ ਫਰਜ਼ ਬਣਦਾ ਸਰਦਾਰ ਭਾਈ ਗਜਿੰਦਰ ਸਿੰਘ, ਜਿਹੜੇ ਕਿ ਪਿਛਲੇ ਦਿਨੀ ਪਰਸੋਂ ਹੀ ਇਹ ਖਬਰ ਆਈ ਸੀ ਅਚਾਨਕ ਕਿ ਉਹ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਸ਼ਰਧਾਂਜਲੀ ਦੇਈਏ। ਕਿਉਂਕਿ ਵੈਸੇ ਤਾਂ ਡਾਕਟਰ ਜਸਵੀਰ ਸਿੰਘ ਕੰਗ ਨੇ ਦੱਸ ਦਿੱਤਾ ਕਾਫੀ ਕੁਛ, ਪਰ ਮੈਂ ਸੰਖੇਪ ਦੇ ਵਿੱਚ ਦੱਸਣਾ ਚਾਹੁੰਦਾ ਕਿ 1980-81 ਤੱਕ ਉਹ ਇੱਕ ਨੋਰਮਲ ਜੀ ਲਾਈਫ ਜ਼ਿੰਦਗੀ 'ਚ ਜਿਉਂ ਰਹੇ ਸੀ, ਆਪਣੀ ਨੌਕਰੀ ਕਰ ਰਹੇ ਸੀ, ਆਪਦਾ ਆਮ ਜੀਵਨ ਜਿਉਂ ਰਹੇ ਸੀ। ਉਹੀ ਸਮਾਂ ਜਦੋਂ ਪੰਜਾਬ ਦੇ ਵਿੱਚ ਵੱਡੀ ਉਥਲ ਪੁਥਲ ਹੁੰਦੀ ਹੈ, ਹੱਕਾਂ ਲਈ ਸੰਘਰਸ਼ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚੋਂ ਫਿਰ ਧਰਮ ਯੁੱਧ ਮੋਰਚਾ ਆਉਂਦਾ ਹੈ, ਬਾਅਦ ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਫਿਰ ਖਾੜਕੂ ਲਹਿਰ ਹੁੰਦੀ ਹੈ। ਇਹਦੀ ਸ਼ੁਰੂਆਤ 80-ਵਿਆਂ ਦੇ ਮੁੱਢ ਦੇ ਵਿੱਚ ਵੱਜ ਗਈ ਸੀ। ਸੋ ਉਸ ਮੌਕੇ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਪ੍ਰੋਟੈਸਟ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇੱਕ ਜਹਾਜ਼ ਅਗਵਾ ਕੀਤਾ ਸੀ ਤਾਂ ਕਿ ਉਹ ਜਹਾਜ਼ ਨੂੰ ਕਿਤੇ ਲਿਜਾ ਕੇ ਇਹ ਦਬਾਅ ਪਾਇਆ ਜਾਵੇ ਸਰਕਾਰ 'ਤੇ ਕਿ ਸੰਤਾਂ ਨੂੰ ਰਿਹਾ ਕੀਤਾ ਜਾਵੇ। ਪਰ ਅਨਫਾਰਚੂਨੇਟਲੀ ਇੰਟਰਨੈਸ਼ਨਲ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਕੋਈ ਵੀ ਦੇਸ਼ ਮਦਦ ਕਰਨ ਨੂੰ ਤਿਆਰ ਨਹੀਂ ਸੀ। ਜਹਾਜ਼ ਤਾਂ ਦੇਸ਼ ਤੋਂ ਬਾਹਰ ਲੈ ਗਏ ਪਰ ਕੋਈ ਵੀ ਦੇਸ਼ ਨੇ ਬਾਹ ਨਾ ਫੜੀ। ਫਿਰ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਉਹ ਲੈਂਡ ਕੀਤਾ, ਉੱਥੋਂ ਦੀ ਗੌਰਮੈਂਟ ਨੇ ਗ੍ਰਿਫਤਾਰ ਕਰ ਲਿਆ, ਅਤੇ 10 ਸਾਲ ਉਹ ਲਾਹੌਰ ਕੋਟ ਲਖਪਤ ਰਾਏ ਜੇਲ੍ਹ ਦੇ ਵਿੱਚ ਰਹੇ, ਬੜੀਆਂ ਔਖੀਆਂ ਹਾਲਤਾਂ 'ਚ। ਉਹਨਾਂ ਨੂੰ ਉਹਨਾਂ ਨੇ ਸਜ਼ਾ ਦਿੱਤੀ ਕਾਨੂੰਨ ਮੁਤਾਬਕ, ਉਹ ਸਜ਼ਾ ਕੱਟ ਕੇ ਫਿਰ ਉਹ ਬਾਹਰ ਆ ਗਏ। ਪਰ ਉਹਨਾਂ ਨੇ ਬਾਹਰ ਆ ਕੇ ਇਹ ਫੈਸਲਾ ਕਰ ਲਿਆ ਕਿ ਮੈਂ ਵਾਪਸ ਇੰਡੀਆ ਨਹੀਂ ਜਾਣਾ,
ਕਿ ਜਿੰਨਾ ਚਿਰ ਗੁਲਾਮ ਹੈ ਉੱਥੇ, ਜਿੰਨਾ ਚਿਰ ਅਸੀਂ ਗੁਲਾਮ ਹਾਂ, ਮੈਂ ਉਹ ਗੁਲਾਮੀ ਦੇ ਜੂੜੇ ਦੇ ਵਿੱਚ ਮੁੜ ਕੇ ਜਾ ਕੇ ਨਹੀਂ ਫਸਣਾ। ਸੋ ਉੱਥੇ ਰਹਿ ਕੇ ਸੰਘਰਸ਼ ਨਾਲ ਜੁੜੇ ਰਹੇ, ਸੇਵਾ ਕਰਦੇ ਰਹੇ, ਸਾਲ ਗੁਜ਼ਰਦੇ ਗਏ। ਸੋ ਤਕਰੀਬਨ 43 ਸਾਲ ਉਹ ਇਸ ਤਰ੍ਹਾਂ ਹੀ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ। ਅਤੇ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਬੇਟੀ, ਉਹ ਪਹਿਲਾਂ ਅਮੈਰੀਕਾ ਵਿੱਚ ਸੀ, ਪਰ ਉਹਨਾਂ ਦੀ ਵਾਈਫ ਨੂੰ ਅਮੈਰੀਕਾ ਨੇ ਵੀ ਸ਼ਰਨ ਨਾ ਦਿੱਤੀ, ਜਿਹਦੇ ਕਰਕੇ ਉਹਨਾਂ ਨੂੰ ਜਰਮਨੀ ਜਾਣਾ ਪਿਆ। ਸੋ ਬੇਟੀ ਇੱਥੇ ਅਤੇ ਮਾਂ ਉਹਦੀ ਜਰਮਨੀ 'ਚ ਅਤੇ ਬਾਪ ਪਾਕਿਸਤਾਨ 'ਚ। ਇਹ ਇੱਕ ਪਰਿਵਾਰ ਦੀ ਵੈਸੇ ਕਹਾਣੀ ਨਹੀਂ। ਜਦੋਂ ਆਪਾਂ ਇੱਕ ਪਿਛਲੇ ਸਮੇਂ 'ਤੇ ਨਜ਼ਰ ਮਾਰਦੇ ਹਾਂ ਨਾ, ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ, ਉਹਨੂੰ ਆਈਸੋਲੇਸ਼ਨ 'ਚ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਕਿ ਉਹ ਅਚਾਨਕ ਕਿਤੋਂ ਪੈਦਾ ਨਹੀਂ ਹੋ ਗਈ। ਵਰਤਮਾਨ ਨੂੰ ਸਮਝਣ ਵਾਸਤੇ ਹਮੇਸ਼ਾ ਅਤੀਤ ਵਿੱਚ ਜਾਣਾ ਪੈਂਦਾ, ਪਾਸਟ ਵਿੱਚ, ਫਿਰ ਹੀ ਤੁਸੀਂ ਵਰਤਮਾਨ ਨੂੰ ਸਮਝ ਸਕਦੇ ਹੋ, ਫਿਰ ਹੀ ਤੁਸੀਂ ਭਵਿੱਖ ਦੀ ਕੋਈ ਕਲਪਨਾ ਕਰ ਸਕਦੇ ਹੋ। ਸੋ ਇਹ ਜਿਹੜਾ ਸਾਰਾ ਇਤਿਹਾਸ ਪਿਆ ਸਾਡਾ ਇਸ ਤਰ੍ਹਾਂ ਦਾ, ਜਿੱਥੇ ਅਨੇਕਾਂ ਰੂਪਾਂ ਦੇ ਵਿੱਚ ਜਬਰ ਸਹਿਣਾ ਪਿਆ, ਇੱਕ ਤਾਂ ਇਹ ਕਿ ਫੜ ਕੇ ਟੋਰਚਰ ਕੀਤਾ, ਗੋਲੀ ਮਾਰਤੀ, ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰਾਂ ਦੇ ਪਰਿਵਾਰ ਕਿਵੇਂ ਉਜਾੜੇ। ਪਰ ਇੱਕ ਜਿਹੜਾ ਆਹ ਸੰਤਾਪ ਹੰਡਾਉਣਾ ਪਿਆ ਲੋਕਾਂ ਨੂੰ ਕਿ ਪਰਿਵਾਰਾਂ ਤੋਂ ਵਿਛੜ ਗਏ, ਇੱਥੇ ਆ ਕੇ ਅਸਾਈਲਮ ਲੈ ਲਿਆ, ਮੁੜ ਕੇ ਜਾ ਨਹੀਂ ਸਕੇ, ਕਿਸੇ ਦਾ ਬਾਪ ਪੂਰਾ ਹੋ ਗਿਆ, ਕਿਸੇ ਦੀ ਮਾਤਾ ਪੂਰੀ ਹੋ ਗਈ, ਭੋਗ 'ਤੇ ਵੀ ਨਹੀਂ ਜਾ ਸਕੇ, ਇਹ ਵੀ ਇਜਾਜ਼ਤ ਨਹੀਂ ਦਿੱਤੀ। ਸੋ ਇਹ ਬਹੁਤ ਕੁਛ ਵਾਪਰਿਆ, ਇਹ ਬੜੇ ਦਰਦ 'ਚੋਂ ਨਿਕਲਣਾ ਪਿਆ ਲੋਕਾਂ ਨੂੰ। ਸੋ ਸਰਦਾਰ ਗਜਿੰਦਰ ਸਿੰਘ ਉਹਨਾਂ ਵਿੱਚੋਂ ਸੀ, ਅਤੇ ਉਹਨਾਂ ਨੇ ਕਿਤੇ ਵੀ ਜ਼ਿੰਦਗੀ ਦੇ ਵਿੱਚ ਸਮਝੌਤਾ ਨਹੀਂ ਕੀਤਾ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ, ਉਹਨਾਂ ਦੀਆਂ ਕਵਿਤਾਵਾਂ ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਕਿ ਗੈਰਤ ਕੀ ਹੁੰਦੀ ਹੈ, ਕੌਮੀ ਗੈਰਤ ਕੀ ਹੁੰਦੀ ਹੈ, ਅਤੇ ਉਹਦੇ ਵਾਸਤੇ ਕਿਵੇਂ ਸਾਰੀ ਜ਼ਿੰਦਗੀ ਕੁਰਬਾਨੀ ਦੇਣੀ ਪੈਂਦੀ ਹੈ, ਭਾਵੇਂ ਜਿੰਨੇ ਮਰਜ਼ੀ ਮੌਕੇ ਆਉਣ। ਇਹ ਮੈਂ ਗੱਲਾਂ ਤਾਂ ਕਰ ਰਿਹਾ ਕਿ ਅੱਜ ਦੇ ਜਦੋਂ ਅਸੀਂ ਹਾਲਾਤ ਦੇਖਾਂਗੇ ਨਾ, ਵੀ ਇਹ ਮੋਰਲ ਕਰੈਕਟਰ ਕੀ ਸੀ ਜਿਹੜੇ ਬੰਦੇ ਉਸ ਮੌਕੇ ਲੜੇ, ਅੱਜ ਸਾਡੇ ਪੰਜਾਬ 'ਚ ਕਿਸ ਕਿਸਮ ਦਾ ਮਾਹੌਲ ਹੈ। ਕਿਉਂਕਿ ਮੇਰੇ ਮੁਤਾਬਕ ਸਭ ਤੋਂ ਗੰਭੀਰ ਸਮੱਸਿਆ ਜਿਹੜੀ ਅੱਜ ਸਾਡੇ ਸਾਹਮਣੇ ਖੜੀ ਹੈ, ਇਹ ਜੇ ਸਿੱਖ, ਇਹ ਜੇ ਪੰਜਾਬੀ, ਉਹ ਹੈਗੀ ਮੋਰਲ ਡੀਜਨਰੇਸ਼ਨ, ਬਹੁਤ ਆ ਚੁੱਕੀ ਹੈ। ਇਹੀ ਸਾਡੀ ਤਾਕਤ ਸੀ, ਇਹੀ ਸਾਡੀ ਪਛਾਣ ਸੀ, ਜਿੱਥੋਂ ਹਰ ਜਗ੍ਹਾ ਬੰਦੇ ਵੀ ਪੰਜਾਬੀ ਨੂੰ ਜਾਂ ਸਿੱਖ ਨੂੰ ਉਹ ਦੇਖਦੇ ਸੀਗੇ ਕਿ ਇਹਦਾ ਕਰੈਕਟਰ ਬਹੁਤ ਤਕੜਾ ਹੈ। ਅਤੇ ਅੱਜ ਉੱਥੇ ਇਸੇ ਪੱਖੋਂ ਹੀ ਬਹੁਤ ਜ਼ਿਆਦਾ ਨਿਘਾਰ ਆ ਗਿਆ। ਅਤੇ ਇਹ ਅਚਾਨਕ ਕਿਸੇ ਖਲਾਅ 'ਚੋਂ ਪੈਦਾ ਨਹੀਂ ਹੋਇਆ, ਇਹ ਇੱਕ ਹਾਲਾਤ ਦੀ ਦੇਣ ਹੈ। ਹੈ ਤਾਂ ਇਹ ਵਿਸ਼ਾ ਬਹੁਤ ਲੰਬਾ, ਜੇ ਆਪਾਂ ਸਾਰੀਆਂ ਪਰਤਾਂ, ਸਾਰੀਆਂ ਡਿਮੈਂਸ਼ਨਸ ਖੋਲ੍ਹੀਏ ਇੱਥੇ, ਪਰ ਹੁਣ ਆਪਾਂ ਜਿਹੜੀ ਅੱਜ ਗੱਲਬਾਤ ਕਰਨੀ ਹੈ, ਮੇਰਾ ਖਿਆਲ ਹੈ ਕਿ ਬੈਟਰ ਇਹੀ ਹੋਊ, ਮੈਂ ਆਪਣੀਆਂ ਕਿਤਾਬਾਂ ਦੇ ਰੈਫਰੈਂਸ ਦੇ ਨਾਲ ਹੀ ਗੱਲ ਥੋੜ੍ਹੀ ਜੀ ਇਹ ਕੀਤੀ ਜਾਵੇ। ਕਿਉਂਕਿ ਜਿਵੇਂ ਡਾਕਟਰ ਕੰਗ ਨੇ ਦੱਸਿਆ, ਮੈਂ ਤਕਰੀਬਨ 31 ਸਾਲ ਆਪਦਾ ਅੰਡਰਗਰਾਊਂਡ ਲਾਈਫ ਦੇ ਵਿੱਚ ਰਿਹਾ,
ਅਤੇ ਜਦੋਂ ਲਾਈਫ ਖਤਮ ਹੋਈ ਜਾਂ ਜਦੋਂ ਲਹਿਰ ਖਤਮ ਹੋ ਗਈ, ਪਹਿਲਾਂ ਨਕਸਲਾਈਟ ਲਹਿਰ ਚੱਲੀ, ਮੁੜ ਕੇ ਖਾੜਕੂ ਲਹਿਰ ਚੱਲੀ, ਅਤੇ ਉਹਨਾਂ ਦੋਹਾਂ 'ਚ ਹੀ ਮੈਂ ਸਰਗਰਮ ਰਿਹਾ। ਜਦੋਂ ਲਹਿਰ 95 'ਚ ਆ ਕੇ ਸਮਝ ਲਓ ਆਪਾਂ ਕਹਿ ਸਕਦੇ ਹਾਂ ਕਿ ਖਾੜਕੂ ਲਹਿਰ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਇਹ ਕਹਿ ਸਕਦੇ ਹਾਂ ਕਿ ਫੋਰਮਲੀ ਉਹ ਠੱਪ ਹੋ ਗਈ ਲਹਿਰ। ਉਸ ਸਿਚੁਏਸ਼ਨ 'ਚ ਸਾਡੇ ਵਰਗੇ ਬੰਦਿਆਂ ਨੂੰ ਇੱਕ ਸਮੱਸਿਆ ਖੜੀ ਹੋਈ ਕਿ ਹੁਣ ਕੀ ਕੀਤਾ ਜਾਵੇ, ਜਿਵੇਂ ਕਰਨ ਯੋਗ ਵੀ ਲਹਿਰ ਖਤਮ ਹੋ ਗਈ ਆ, ਹੁਣ ਕਰੀਏ ਕੀ। ਅਤੇ ਉਸ ਸੰਕਟ ਦੇ ਵਿੱਚੋਂ ਮੈਨੂੰ ਇੱਕ ਬਜ਼ੁਰਗ ਰਾਈਟਰ ਜਿਹੜੇ ਸਾਡੇ ਬਹੁਤ ਹੀ ਵਿਦਵਾਨ ਸਤਿਕਾਰਯੋਗ ਪੰਥ ਦੇ ਸਰਦਾਰ ਜਗਜੀਤ ਸਿੰਘ, ਜਿਨ੍ਹਾਂ ਨੇ ਜਿਹੜੀ ਕਿਤਾਬ ਲਿਖੀ ਸੀ ਸਿੱਖ ਇਨਕਲਾਬ, ਸਿੱਖ ਇਨਕਲਾਬ ਲਿਖੀ ਪਹਿਲਾਂ ਉਹਨਾਂ ਨੇ, ਫਿਰ ਦੋ ਤਿੰਨ ਕਿਤਾਬਾਂ ਇਸੇ ਲੜੀ 'ਚ ਹੋਰ ਲਿਖੀਆਂ, ਸਿੱਖ ਰੈਵੋਲਿਊਸ਼ਨ ਇਨ ਦੀ ਕੈਰਬਾਂ ਆਫ ਰੈਵੋਲਿਊਸ਼ਨਸ। ਉਸ ਕਿਤਾਬ 'ਚ ਸਰਦਾਰ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਨੂੰ ਦੁਨੀਆ ਦੇ ਜਿਹੜੇ ਸਾਰੇ ਵੱਡੇ ਇਨਕਲਾਬ ਹੈ, ਫਰਾਂਸ ਦਾ ਇਨਕਲਾਬ ਹੈ, ਰੂਸ ਦਾ ਇਨਕਲਾਬ ਹੈ, ਇੰਗਲੈਂਡ ਦਾ ਇਨਕਲਾਬ, ਅਮੈਰੀਕਾ ਦਾ ਇਨਕਲਾਬ, ਇਹ ਸਾਰੇ ਇਨਕਲਾਬਾਂ ਦੀ ਤੁਲਨਾ 'ਚ ਰੱਖ ਕੇ ਉਹ ਪੇਸ਼ ਕੀਤਾ ਅਤੇ ਇਹ ਦਿਖਾਇਆ ਕਿ ਜਿਹੜਾ ਸਿੱਖ ਇਨਕਲਾਬ ਹੈ ਉਹ ਇਹਨਾਂ ਸਾਰੇ ਇਨਕਲਾਬਾਂ ਨਾਲੋਂ ਉੱਤਮ ਕਿਵੇਂ ਹੈ, ਵੱਖਰਾ ਕਿਵੇਂ ਹੈ। ਕਿਉਂਕਿ ਇਹ ਜੇ ਸਾਰੇ ਇਨਕਲਾਬ ਸੀ, ਭਾਵੇਂ ਰੂਸ ਦਾ, ਭਾਵੇਂ ਫਰਾਂਸ ਦਾ, ਅਤੇ ਬੇਸ਼ੱਕ ਅਮੈਰੀਕਨ ਜਾਂ ਬ੍ਰਿਟਿਸ਼, ਇਹਦੇ ਵਿੱਚ ਜਿਹੜਾ ਕੀਤਾ ਹੋਇਆ ਕੀ ਕਿ ਉਹਨਾਂ ਨੇ ਸਿਸਟਮ ਬਦਲਤੇ। ਹੈ ਤਾਂ ਇਹ ਵੀ ਕੰਮ ਬਹੁਤ ਵੱਡਾ ਅਤੇ ਅਹਿਮ, ਅੱਗੇ ਵੱਲ ਨੂੰ ਇੱਕ ਪਲਾਂਘ ਪੁੱਟੀ ਜਾਂਦੀ ਹੈ, ਮਨਾਰਕੀ ਦੀ ਜਗ੍ਹਾ ਡੈਮੋਕ੍ਰੇਸੀ ਆ ਗਈ, ਸੀ ਤਾਂ ਹਿਸਟੋਰੀਕਲ ਪ੍ਰੋਗਰੈਸ ਇੱਕ, ਪਰ ਸਿਸਟਮ ਬਦਲੇ, ਬੰਦੇ ਨਹੀਂ ਬਦਲੇ। ਮਨੁੱਖ ਉਹੀ ਹੈ, ਮਨੁੱਖ ਦਾ ਬੇਸਿਕ ਸੁਭਾਅ ਉਹੀ ਹੈ, ਉਹੀ ਵਿਕਾਰ ਜਿਹਦਾ ਪ੍ਰਗਟਾਵਾ ਅੱਜ ਤੁਹਾਡੇ ਸਾਹਮਣੇ, ਬੇਸ਼ੱਕ ਬੇਸ਼ੁਮਾਰ ਆਰਥਿਕ ਤਰੱਕੀ ਦੇ ਬਾਵਜੂਦ ਜਿਹੜਾ ਇਖਲਾਕ ਹੈ ਬੰਦਿਆਂ ਦਾ ਉਹ ਕੀ ਹੈ। ਖੁਦਗਰਜੀ, ਪੈਸਾ ਕਮਾਉਣਾ, ਉਹਦੇ ਵਾਸਤੇ ਕੁਛ ਵੀ ਗਲਤ ਕਰਨਾ, ਸਾਰੀ ਦੁਨੀਆ ਦਾ ਚੱਲ ਨਾ, ਇਕੱਲਾ ਸਾਡਾ ਨਹੀਂ, ਮਤਲਬ ਇਹ ਸਾਰੀ ਦੁਨੀਆ ਹੁਣ ਚੱਲ ਹੀ ਇਸ 'ਤੇ ਰਹੀ ਹੈ। ਇਹ ਤਾਂ ਆਪਾਂ ਨੂੰ ਹੁਣ ਕੋਈ ਮੇਰੇ ਖਿਆਲ ਬਹੁਤਾ ਸਮਝਣ 'ਚ ਦਿੱਕਤ ਨਹੀਂ ਆਉਣੀ ਚਾਹੀਦੀ। ਸੋ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਗੁਰੂ ਸਾਹਿਬਾਨ ਨੇ ਕੀ ਕੀਤਾ ਵੱਖਰਾ ਦੂਜੇ ਸਾਰੇ ਇਨਕਲਾਬਾਂ ਨਾਲੋਂ, ਉਹਨਾਂ ਨੇ ਸਿਸਟਮ ਇਕੱਲੇ ਨਹੀਂ ਬਦਲੇ, ਉਹਨਾਂ ਨੇ ਜ਼ੋਰ ਦਿੱਤਾ ਮਨੁੱਖ ਨੂੰ ਬਦਲਣ 'ਤੇ, ਉਹਦਾ ਕਾਇਆ ਕਲਪ ਕਰਨ 'ਤੇ। ਸੋ ਉਹ ਜਿਹੜੇ ਬੰਦੇ ਬਦਲਤੇ ਉਸੇ ਸਮਾਜ ਦੇ ਵਿੱਚੋਂ ਹੀ ਜੋ ਸਿੱਖ ਬਣ ਗਏ, ਉਹਨਾਂ ਦਾ ਇੱਕ ਆਤਮਕ ਕਾਇਆ ਕਲਪ ਹੋ ਗਿਆ ਸੀ, ਜਿਨ੍ਹਾਂ ਦੇ ਮਨਾਂ 'ਚੋਂ ਹਰ ਕਿਸਮ ਦਾ ਲੋਭ, ਲਾਲਚ, ਹੰਕਾਰ ਅਤੇ ਜੋ ਵੀ ਮਤਲਬ ਆਪਣੇ ਮਨੋ ਵਿਕਾਰ ਨੂੰ, ਉਹ ਨਿਕਲ ਗਏ ਸੀ। ਇਹ ਇਤਿਹਾਸ 'ਚ ਹੋਰ ਕਿਤੇ ਇਸ ਤਰ੍ਹਾਂ ਨਹੀਂ ਹੋਇਆ, ਇਸ ਪੱਧਰ ਦੇ ਉੱਤੇ ਵੀ ਮੁਕੰਮਲ ਤੌਰ 'ਤੇ ਬੰਦੇ ਦਾ ਸੌਫਟਵੇਅਰ ਹੀ ਬਦਲਿਆ ਜਾਵੇ। ਹੁਣ ਉਸ ਦੇ ਵਿੱਚੋਂ ਫਿਰ ਇੱਕ ਵੱਖਰਾ ਇਤਿਹਾਸ ਨਿਕਲਿਆ, ਜਿਹਨੂੰ ਸਿੱਖ ਇਤਿਹਾਸ ਅਸੀਂ ਕਹਿੰਦੇ ਹਾਂ, ਉਹ ਸਾਡਾ ਵਿਰਸਾ ਬਣਿਆ। ਉਹ ਵਿਰਸਾ ਜਿਹੜਾ ਅੱਜ ਤੱਕ ਸਾਨੂੰ ਪ੍ਰੇਰਨਾ ਦਿੰਦਾ ਆ ਰਿਹਾ, ਕਿਉਂਕਿ ਉਸ ਵਿਰਸੇ ਦੀ ਪਿੱਠ ਦੇ ਉੱਤੇ ਬਹੁਤ ਕੁਛ ਖੜ੍ਹਾ ਹੈ। ਸੋ ਇਹ ਕੰਮ ਜਿਹੜਾ ਗੁਰੂ ਸਾਹਿਬ ਨੇ ਕੀਤਾ ਸੀ ਐਡਾ ਵੱਡਾ, ਸਿੱਖਾਂ ਦੇ ਵਿੱਚ ਜਿਸ ਕਿਸਮ ਦੀ ਸਪਿਰਿਟ ਭਰਤੀ ਸੀ,
ਉਹ ਅੱਡ ਅੱਡ ਸਮਿਆਂ 'ਤੇ ਮੈਨੀਫੈਸਟ ਹੁੰਦੀ ਆਈ। ਨਕਸਲਾਈਟ ਮੂਵਮੈਂਟ ਦੀ ਭਾਵੇਂ ਆਈਡੀਆਲੋਜੀ ਜੋ ਪ੍ਰੋਕਲੇਮਡ ਸੀਗੀ, ਉਹ ਇਹ ਕਹਿੰਦੇ ਸੀ ਐਲਾਨੀਆ ਤੌਰ 'ਤੇ ਵੀ ਅਸੀਂ ਮਾਰਕਸਵਾਦ ਦੀ ਵਿਚਾਰਧਾਰਾ ਨਾਲ ਚੱਲ ਰਹੇ ਹਾਂ, ਪਰ ਮੈਂ ਉਹਦਾ ਪਾਰਟ ਰਿਹਾ ਅਤੇ ਸਾਨੂੰ ਪਤਾ ਕਿ ਜੋ ਸਾਡੀ ਮੁੱਖ ਪ੍ਰੇਰਨਾ ਸੀ ਲੜਨ ਵਾਸਤੇ ਉਹ ਸਿੱਖ ਵਿਰਸਾ ਹੀ ਸੀਗਾ। ਜਿੰਨੇ ਵੀ ਬੰਦੇ ਆਏ ਉਹ ਕਵਿਤਾਵਾਂ ਵਿੱਚ ਵੀ ਰਿਫਲੈਕਟ ਹੋਇਆ, ਜਿਹੜੇ ਅਸੀਂ ਮੈਗਜ਼ੀਨ ਕੱਢੇ ਨਕਸਲਾਈਟ ਮੂਵਮੈਂਟ ਦੇ ਦੌਰਾਨ ਉਹਨਾਂ ਦੇ ਨਾਵਾਂ ਵਿੱਚ ਵੀ ਰਿਫਲੈਕਟ ਹੋਇਆ। ਸੋ ਗੱਲ ਪਿੱਛੇ ਖੜੀ ਇਹੀ ਸੀਗੀ ਕਿ ਸਿੱਖ ਗੁਰੂ ਸਾਹਿਬਾਨ ਦੀ ਪ੍ਰੇਰਨਾ ਅਤੇ ਸਿੱਖ ਵਿਰਸੇ ਦੀ ਪ੍ਰੇਰਨਾ। ਮੈਂ ਜਦੋਂ ਇੱਕ ਵਾਰ 1970 'ਚ ਮੈਂ ਗ੍ਰਿਫਤਾਰ ਹੋਇਆ ਸੀ ਪੁਲਿਸ ਨੇ, ਅਤੇ ਮੈਨੂੰ ਇੰਟੈਰੋਗੇਟ ਕਰਨ ਵਾਸਤੇ ਅੰਮ੍ਰਿਤਸਰ, ਉਦੋਂ ਸਪੈਸ਼ਲ ਇੰਟੈਰੋਗੇਸ਼ਨ ਸੈਂਟਰ ਹੁੰਦਾ ਸੀ, ਉੱਥੇ ਇੰਟੈਰੋਗੇਟ ਕਰਦਿਆਂ ਉੱਥੇ ਕੋਈ ਇੱਕ ਟੀਮ ਆਈ, ਆਈ ਬੀ ਦੇ ਟ੍ਰੇਨੀ ਜਿਹੜੇ ਹੁੰਦੇ ਆ ਨਵੇਂ ਮੁੰਡੇ ਭਰਤੀ ਹੋਏ, ਅਤੇ ਉਹਨਾਂ ਨੂੰ ਮੈਨੂੰ ਖਾਸ ਤੌਰ 'ਤੇ ਮਿਲਾਇਆ ਗਿਆ। ਉਹਨਾਂ ਦਾ ਵੱਧ ਇੰਟਰਸਟ ਇਹ ਹੁੰਦਾ ਵੀ ਇਹ ਮੋਟੀਵੇਟ ਕਿੱਥੋਂ ਹੋਈ, ਜਿਹੜੀ ਹੇਠਲੀ ਪੁਲਿਸ ਆ ਸਾਡੀ ਥਾਣੇ ਵਾਲੀ, ਉਹਨਾਂ ਨੂੰ ਤਾਂ ਹੁੰਦਾ ਵੀ ਹੋਰ ਬੰਦੇ ਕਿਹੜੇ ਕਿਹੜੇ ਹਥਿਆਰ ਕਿਹੜੇ, ਜਿਹੜੀ ਉੱਥੇ ਇੰਟੈਰੋਗੇਸ਼ਨ ਹੁੰਦੀ ਹੈ ਜਿੱਥੇ ਉਹਨਾਂ ਨੇ ਆਪਦੀਆਂ ਪੋਲਿਸੀਜ਼ ਬਣਾਉਣੀਆਂ, ਉੱਥੇ ਉਹਨਾਂ ਵਾਸਤੇ ਹਥਿਆਰ ਜਾਂ ਬੰਦੇ ਉਹ ਨਹੀਂ ਗੱਲ, ਉਹਨਾਂ ਵੀ ਤੁਸੀਂ ਇਸ ਤਰ੍ਹਾਂ ਪਏ ਕਿਵੇਂ, ਉਹ ਫਿਰ ਰਾਹ ਬੰਦ ਕਰਨਾ ਹੁੰਦਾ ਉਹਨਾਂ ਨੇ ਵੀ ਜਿਹੜੀ ਗੱਲ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਉਹ ਰਾਹ ਹੀ ਬੰਦ ਕਰ ਦਿਓ। ਸੋ ਇਹ ਜਾਣਨ 'ਚ ਉਹ ਬਹੁਤ ਰੁਚੀ ਹੁੰਦੀ ਹੈ। ਸੋ ਮੈਨੂੰ ਉਹ ਪੁੱਛਦੇ ਮਤਲਬ ਜਦੋਂ ਬਾਇਓਡਾਟਾ ਲੈਂਦੇ ਨੇ ਵੀ ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ, ਜ਼ਮੀਨ ਜਾਇਦਾਦ ਕਿੰਨੀ ਹੈ, ਉਹ ਜਦੋਂ ਮੈਂ ਦੱਸੀ ਚਲੋ ਵੀ ਸਧਾਰਨ ਇੱਕ ਜਿਵੇਂ ਦਰਮਿਆਨੇ ਜੇ ਕਿਸਾਨ ਦੀ ਜ਼ਮੀਨ ਹੁੰਦੀ ਹੈ ਸਾਡੇ ਪਰਿਵਾਰ ਦੀ, ਅਤੇ ਉਹ ਚੌਂਕ ਉੱਠੇ ਇੱਕਦਮ, ਕਹਿੰਦੇ ਫਿਰ ਤੁਸੀਂ ਲਹਿਰ ਦੇ ਵਿੱਚ ਕਾਹਦੇ ਵਾਸਤੇ ਆਏ, ਕਿਉਂਕਿ ਬਾਕੀ ਸਾਰੇ ਦੇਸ਼ 'ਚ ਜੋ ਨਕਸਲਾਈਟ ਮੂਵਮੈਂਟ ਚੱਲ ਰਹੀ ਸੀ ਉਹ ਮੇਨਲੀ ਲੈਂਡਲੈਸ ਬੰਦੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਉਹ ਲੜ ਰਹੇ ਸੀ ਕਿ ਜਿਹੜੇ ਵੱਡੇ ਲੈਂਡ ਲਾਰਡਸ ਨੂੰ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਉਹਦੇ ਵਿੱਚ ਡਿਸਟ੍ਰੀਬਿਊਟ ਕਰਨਾ, ਇੱਕ ਸੋਸ਼ਲ ਬਰਾਬਰਤਾ ਲੈ ਕੇ ਆਉਣੀ। ਅਤੇ ਉਹ ਕਹਿੰਦਾ ਵੀ ਤੁਸੀਂ ਤੁਹਾਨੂੰ ਪ੍ਰੋਬਲਮ ਕੀ ਹੈ, ਤਕਲੀਫ ਕੀ ਹੈ ਤੁਹਾਨੂੰ, ਮਤਲਬ ਕਿਉਂ ਲੜ ਰਹੇ ਹੋ, ਵੀ ਆਰਥਿਕ ਤੌਰ 'ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਚੰਗਾ ਖਾਂਦੇ ਪੀਂਦੇ ਹੋ, ਚੰਗੇ ਘਰਾਂ 'ਚੋਂ ਆਏ ਹੋਏ ਹੋ, ਅਤੇ ਪੜ੍ਹ ਲਿਖ ਕੇ ਤੁਸੀਂ ਬੜਾ ਸੋਹਣੇ ਨੌਕਰੀ 'ਤੇ ਵੀ ਜਾ ਸਕਦੇ ਸੀ। ਇਹ ਗੱਲ ਨਾ ਉਹਨਾਂ ਦੀ 15-20 ਬੰਦੇ ਸੀ, ਉਹ ਮੈਥੋਂ ਵਾਰ ਵਾਰ 'ਤੇ ਇਸੇ ਗੱਲ 'ਤੇ ਪੁੱਛ ਰਹੇ ਸੀ, ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਭੁੱਖੇ ਮਰਦੇ ਨਹੀਂ ਲੜਦੇ ਹੁੰਦੇ, ਗਰੀਬੀ ਕਰਕੇ ਨਹੀਂ ਲੜਦੇ, ਸਾਡੇ ਲੜਨ ਦਾ ਆਧਾਰ ਹੋਰ ਹੈ ਵੀ ਸਾਡੇ 'ਚ ਗੁਰੂ ਸਾਹਿਬਾਨ ਨੇ ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਲੜਨ ਦੀ ਇੱਕ ਸਪਿਰਿਟ ਭਰੀ ਹੋਈ ਹੈ। ਉਹ ਕਿਸੇ ਮੌਕੇ ਝੰਡਾ ਕਿਹੜਾ, ਵਿਚਾਰਧਾਰਾ ਕਿਹੜੀ ਹੈ, ਇਹ ਸੈਕੰਡਰੀ ਹੈ ਗੱਲ, ਜਿੱਥੇ ਵੀ ਜ਼ੁਲਮ ਅਤੇ ਬੇਇਨਸਾਫੀ ਹੋਊ ਅਸੀਂ ਸਪੋਂਟੇਨੀਅਸਲੀ ਇਸ ਤੋਂ ਉਹਦੇ ਖਿਲਾਫ ਉੱਠ ਕੇ ਖੜ੍ਹੇ ਹੋ ਜਾਂਦੇ ਹਾਂ। ਸੋ ਸਾਡਾ ਤਾਂ ਆਹ ਸਰੋਤ ਹੈ ਪ੍ਰੇਰਨਾ ਦਾ, ਅਤੇ ਇਹ ਉਹਨਾਂ ਵਾਸਤੇ ਬਹੁਤ ਹੈਰਾਨੀ ਵਾਲੀ ਗੱਲ ਸੀ, ਨਵੀਂ ਗੱਲ ਸੀ ਜਿਹੜੀ ਉਹਨਾਂ ਨੇ ਸਪੈਸ਼ਲੀ ਨੋਟ ਕੀਤੀ, ਕਿਉਂਕਿ ਜਦੋਂ ਉਹ ਫਿਰ ਆਪਦੀਆਂ ਪੋਲਿਸੀਜ਼ ਬਣਾਉਂਦੇ ਨੇ ਨਾ, ਫਿਰ ਉਹ ਇਸ ਪੱਖ ਵੱਲ ਧਿਆਨ ਦਿੰਦੇ, ਫਿਰ ਉਹਨਾਂ ਨੂੰ ਨੈਚੁਰਲੀ ਇਹ ਹੋਊਗਾ ਵੀ ਜੇ ਇਹ ਗੁਰੂਆਂ ਤੋਂ ਪ੍ਰੇਰਨਾ ਲੈਂਦੇ ਨੇ, ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਨੇ, ਸਿੱਖ ਵਿਰਸੇ ਤੋਂ ਪ੍ਰੇਰਨਾ ਲੈਂਦੇ ਨੇ, ਉਹਨੂੰ ਇਸ ਤਰ੍ਹਾਂ ਕਿਉਂ ਨਾ ਪੇਸ਼ ਕਰ ਦਿੱਤਾ ਜਾਵੇ ਕਿ ਇਹਨਾਂ ਦੇ ਵਿੱਚ ਉਹ ਜਿਹੜੀ ਇੱਕ ਸਪਿਰਿਟ ਹੈ ਆਪਦੇ ਲਈ ਲੜਨ ਦੀ, ਆਪਦੀ ਆਜ਼ਾਦੀ ਲਈ ਲੜਨ ਦੀ, ਉਹੀ ਕੱਢ ਦਿੱਤੀ ਜਾਵੇ।
ਜਿਹਦੇ 'ਚੋਂ ਫਿਰ ਸਾਰਾ ਜਿਹੜਾ ਨੈਸ਼ਨਲਿਜ਼ਮ ਦਾ ਵਰਤਾਰਾ ਕਿ ਗੁਰੂਆਂ ਨੂੰ ਵੀ ਨੈਸ਼ਨਲਿਸਟ ਫਰੇਮਵਰਕ ਦੇ ਵਿੱਚ ਪੇਸ਼ ਕਰ ਦਿਓ ਕਿ ਗੁਰੂ ਕੀ ਸੀ, ਜਿਹਦੇ 'ਚੋਂ ਤੁਸੀਂ ਦੇਖੋ ਫਿਰ ਕਿਤਾਬਾਂ 'ਚ, ਲੇਖਾਂ 'ਚ, ਲੋਕਾਂ ਦੇ ਸਪੀਚਾਂ 'ਚ, ਬੋਲਾਂ 'ਚ ਇਹ ਗੱਲਾਂ ਆਉਣ ਲੱਗ ਗਈਆਂ। ਜਦੋਂ ਅਸੀਂ ਗੁਰੂ ਦੀ ਸਿਫਤ ਕਰਦੇ ਹਾਂ, ਗੁਰੂ ਦੀ ਵਡਿਆਈ ਕਰਦੇ ਹਾਂ, ਤਾਂ ਉੱਥੇ ਅਸੀਂ ਜਿੱਥੇ ਜਾ ਕੇ ਉੱਕੇ ਹਾਂ ਬਹੁਤ, ਕਿਉਂਕਿ ਸਾਡੀ ਪ੍ਰੇਰਨਾ ਦਾ ਸਰੋਤ ਗੁਰੂ ਹੈ। ਸਾਡੇ ਵਾਸਤੇ ਗੁਰੂ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ। ਸੋ ਉਹਨਾਂ ਨੇ ਗੁਰੂਆਂ ਨੂੰ ਉਸ ਢੰਗ ਨਾਲ ਡਿਫਾਈਨ ਕਰਤਾ, ਕੀ ਬਣਾਤਾ ਕਿ ਗੁਰੂ ਦੇਸ਼ ਭਗਤ ਸੀ, ਤੇਗ ਬਹਾਦਰ ਹਿੰਦ ਦੀ ਚਾਦਰ, ਇਹ ਸਾਡੀ ਪਰੰਪਰਾ ਨਹੀਂ। ਅਸੀਂ ਕਦੇ ਵੀ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਦੇ ਰੂਪ ਵਿੱਚ ਨਹੀਂ ਦੇਖਿਆ। ਪੁਰਾਤਨ ਗ੍ਰੰਥਾਂ 'ਚ ਦੇਖ ਲਓ, ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੇ ਤਾਕੀ ਚਾਦਰ, ਸਗਲ ਸ੍ਰਿਸ਼ਟੀ ਦੀ ਗੱਲ ਹੈ, ਕੌਸਮਿਕ ਵਿਜ਼ਨ ਆ ਸਾਡੇ ਕੋਲ, ਅਤੇ ਇੱਕ ਕੰਟਰੀ ਤੱਕ ਉਹਨੂੰ, ਇੱਕ ਇਲਾਕੇ ਤੱਕ ਆਪਦੇ ਸਵਾਰਥੀ ਹਿੱਤਾਂ 'ਚੋਂ। ਹੁਣ ਫਿਰ ਸਾਡੇ ਸਾਰੇ ਵਿਦਵਾਨਾਂ ਨੇ ਉਹ ਲਿਖਣਾ ਸ਼ੁਰੂ ਕਰ, ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਨੂੰ, ਸਾਰੇ ਗੁਰੂ ਸਾਹਿਬਾਨ ਨੂੰ, ਗੁਰੂ ਨਾਨਕ ਦੇਵ ਜੀ ਨੂੰ ਵੀ, ਮਤਲਬ ਵੀ ਇੱਕ ਦੇਸ਼ ਭਗਤ ਦੇ ਤੌਰ 'ਤੇ। ਸੋ ਜਦੋਂ ਅਸੀਂ ਗੁਰੂ ਦੀ ਵਡਿਆਈ ਇਹ ਕਰਾਂਗੇ ਕਿ ਉਹ ਦੇਸ਼ ਭਗਤ ਸੀ, ਹੁਣ ਦੇਸ਼ ਭਗਤ ਹੋਣਾ ਤਾਂ ਇੱਕ ਦੁਨਿਆਵੀ ਸਿਫਤ ਹੈ, ਇਹ ਕੋਈ ਦੈਵੀਤਾ 'ਚ ਕੁਛ ਨਹੀਂ, ਨਥਿੰਗ ਡਿਵਾਈਨ। ਦੇਸ਼ ਭਗਤ ਇੱਕ ਤੁਹਾਡਾ ਆਪਦਾ ਦੇਸ਼ ਦਾ ਦਾਇਰਾ ਮਿਥ ਲਿਆ, ਰਾਸ ਸੀ ਸਵਾਰਥ 'ਚੋਂ, ਉਹਦੇ ਵਾਸਤੇ ਲੜਨਾ ਮਰਨਾ ਇਹ ਇੱਕ ਦੁਨਿਆਵੀ ਕਾਰਜ ਹੈ, ਦੁਨਿਆਵੀ ਸਿਫਤ ਹੈ। ਸੇ ਜੇ ਅਸੀਂ ਗੁਰੂ ਦੀ ਸਿਫਤ ਦੁਨਿਆਵੀ ਟਰਮਾਂ 'ਚ ਕਰਨ ਲੱਗ ਗਏ, ਉਹ ਇੱਕ ਵੱਡਾ ਕਵੀ ਸੀ, ਉਹ ਇੱਕ ਵੱਡਾ ਜਰਨੈਲ ਸੀ, ਉਹ ਸਮਾਜ ਸੁਧਾਰਕ ਸੀ, ਉਹ ਕਵੀ ਅਤੇ ਜਰਨੈਲ ਅਤੇ ਸਮਾਜ ਸੁਧਾਰਕ ਤਾਂ ਸੈਂਕੜੇ ਹਜ਼ਾਰਾਂ ਤੁਰੇ ਫਿਰਦੇ ਨੇ ਦੁਨੀਆਂ 'ਚ, ਬਟ ਵਾ ਸਪੈਸ਼ਲ ਇਨ ਗੁਰੂ। ਸੋ ਉਹਨੂੰ ਕਿਸੇ ਵੀ ਦੈਵੀ ਸਿਫਤ ਨਾਲ ਜੇ ਅਸੀਂ ਵਡਿਆਵਾਂਗੇ ਤਾਂ ਗੁਰੂ ਦਾ ਦਰਜਾ ਘੱਟਦਾ। ਸੋ ਗੁਰੂ ਦੀ ਸਿਫਤ ਸਿਰਫ ਗੁਰੂ ਦੀ ਸਿਫਤ ਹੈ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਉਹ ਸੀ ਉਹਨਾਂ ਦੀ ਡਿਵਾਈਨ ਗ੍ਰੇਸ, ਇਲਾਹੀ ਅਜ਼ਮਤ, ਇਲਾਹੀ ਸ਼ਾਨ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਕਵੀ ਹੋਣਾ, ਜਰਨੈਲ ਹੋਣਾ, ਦੇਸ਼ ਭਗਤ ਹੋਣਾ, ਸਮਾਜ ਸੁਧਾਰਕ ਹੋਣਾ, ਇਹ ਤਾਂ ਗੱਲਾਂ ਬੜੀਆਂ ਆਮ ਜਿਹੀਆਂ, ਤਾਂ ਆਮ ਲੋਕਾਂ ਦੀ ਪੱਧਰ 'ਤੇ ਲਿਆ ਕੇ ਸੁੱਟ ਲਿਆ। ਮੈਂ ਤਾਂ ਗੱਲਾਂ ਜੋੜ ਰਿਹਾ ਵੀ ਉਹ ਉਹਨਾਂ ਨੇ ਉਹ ਸੋਮੇ ਤੁਹਾਡੇ ਬੰਦ ਕਰਨੇ ਹੁੰਦੇ ਆ ਵੀ ਕਿੱਥੋਂ ਸਿਹਤ ਅਤੇ ਪ੍ਰੇਰਨਾ ਲੈ ਕੇ ਇਹ ਚੱਲ ਰਹੇ। ਫਿਰ ਯੂਨੀਵਰਸਿਟੀਆਂ, ਇਹਦੇ ਸਾਰਾ ਇਹ ਕਾਰਜ ਹੁੰਦਾ ਯੂਨੀਵਰਸਿਟੀਆਂ ਤੋਂ, ਉੱਥੇ ਕਿਤਾਬਾਂ ਲਿਖੀਆਂ ਜਾਂਦੀਆਂ, ਉੱਥੇ ਸੈਮੀਨਾਰ ਹੁੰਦੇ ਨੇ, ਅਤੇ ਸਾਰੀਆਂ ਗੱਲਾਂ ਫਿਰ ਇਸ ਡਾਇਰੈਕਸ਼ਨ 'ਚ ਹੀ ਹੁੰਦੀਆਂ। ਸੋ ਮੈਂ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਜਿਹੜੀ ਕਿਤਾਬ ਲਿਖੀ ਹੈ ਉਹਦੇ ਵਿੱਚ ਇਹ ਟੱਚ ਕੀਤਾ ਕਿ 1984 'ਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਕਿਹੋ ਜਿਹੇ ਸੈਮੀਨਾਰ ਹੋਏ, ਉੱਥੇ ਕੀ ਗੱਲਾਂ ਹੋਈਆਂ। ਇਹ ਬਕਾਇਦਾ ਇੱਕ ਉਹਨਾਂ ਦੀ ਸੈਂਟਰਲ ਲੈਵਲ 'ਤੇ ਪਲੈਨਡ, ਅਤੇ ਮੋਹਰੇ ਬਣੇ ਸਾਡੇ ਸਿੱਖ ਸਿੱਖ ਵਿਦਵਾਨ ਬੜੇ ਨਾਮਵਰ, ਜਿਨ੍ਹਾਂ ਤੋਂ ਸਾਡੇ ਮਨਾਂ 'ਚ ਬਹੁਤ ਸਤਿਕਾਰ ਹੈ। ਇਹ ਪੱਖ ਕਦੇ ਦੇਖਿਆ ਹੀ ਨਹੀਂ ਕਿਸੇ ਨੇ,
ਉਹਨਾਂ ਨੇ ਫਿਰ ਸਾਰੇ ਕੁਛ ਨੂੰ ਸਿੱਖ ਇਤਿਹਾਸ ਨੂੰ ਗੁਰੂ ਸਾਹਿਬਾਨ ਨੂੰ ਕਿਵੇਂ ਪੇਸ਼ ਕੀਤਾ। ਚਲੋ ਇਹਦੇ ਮੈਂ ਹੁਣ ਆਪਾਂ ਮੈਂ ਬਹੁਤਾ ਵਿਸਥਾਰ 'ਚ ਨਹੀਂ ਜਾਂਦਾ, ਮੈਂ ਇਹ ਗੱਲ ਇੰਨੀ ਕੁ ਲਿਆਂਦੀ ਕਿ ਉਹਨਾਂ ਨੇ ਸਾਡੇ ਇਤਿਹਾਸ ਨੂੰ ਆਪਦੇ ਮੁਤਾਬਕ ਆਪਦੇ ਫਰੇਮਵਰਕ 'ਚ ਰੱਖ ਕੇ ਪੇਸ਼ ਕਰਨਾ ਸ਼ੁਰੂ ਕਰਤਾ ਅਤੇ ਸਾਡੇ ਬੰਦੀ ਉਹਦੇ ਮੋਹਰੇ ਬਣੇ, ਉਹ ਪ੍ਰਾਪੇਗੇਟ ਹੋਇਆ। ਅੱਜ ਜਿਹੜੀ ਕਹਿੰਦੇ ਨਾ ਸਾਡੀ ਪੰਜਾਬ ਦੀ ਹਾਲਤ ਕੀ ਹੈ ਵੀ BJP 'ਚ ਦੇਖੋ, ਮਤਲਬ ਤੁਸੀਂ ਪਹਿਲਾਂ ਸੋਚ ਸਕਦੇ ਸੀ ਕੋਈ ਸਿੱਖ BJP 'ਚ ਵੀ ਜਾਊਗਾ ਕਦੇ? ਵੈਸੇ ਤਾਂ 84 ਤੋਂ ਬਾਅਦ ਕਿਸੇ ਸਿੱਖ ਨੂੰ ਕਾਂਗਰਸ 'ਚ ਵੀ ਨਹੀਂ ਜਾਣਾ ਚਾਹੀਦਾ ਸੀ। ਅਤੇ ਵੈਸੇ ਤਾਂ ਆਪਾਂ ਸੋਚੀਏ ਵੀ ਕਦੇ ਇਹ ਕਲਪਨਾ ਕੀਤੀ ਹੋਊ ਕਿਸੇ ਨੇ ਕਿ ਦਰਬਾਰ ਸਾਹਿਬ 'ਤੇ ਹਮਲੇ ਦੀ ਅਗਵਾਈ ਇੱਕ ਸਿੱਖ ਜਰਨੈਲ ਕਰ ਰਿਹਾ ਹੋ? 18ਵੀਂ ਸਦੀ 'ਚ ਕੋਈ ਸੋਚ ਸਕਦਾ ਸੀ ਵੀ ਕੋਈ ਸਿੱਖ ਐਡਾ ਵੱਡਾ ਕੁਕਰਮ ਕਰ ਸਕਦਾ ਹੈ? ਸਾਡੀ ਕਲਪਨਾ ਵੀ ਨਹੀਂ ਕਰ ਸਕਦੇ ਸੀ ਆਪਾਂ। ਪਰ ਜਿਹੜੀ ਗੱਲ ਦੀ ਅਸੀਂ ਪਹਿਲਾਂ ਕਲਪਨਾ ਨਹੀਂ ਸੀ ਕਰ ਸਕਦੇ ਉਹ ਅਸੀਂ ਸਾਹਮਣੇ ਦੇਖ ਲਿਆ। ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹਦੀ ਅਗਵਾਈ ਸਿੱਖ ਜਰਨੈਲ ਕਰ ਰਹੇ ਨੇ, RS ਦਿਆਲ ਵੀ ਅਤੇ ਕੁਲਦੀਪ ਸਿੰਘ ਬਰਾੜ ਵੀ, ਅਤੇ ਕਿੰਨੇ ਸਿੱਖ ਫੌਜੀ ਉਹਨਾਂ ਦੇ ਨਾਲ ਸਾਥ ਦੇ ਰਹੇ ਨੇ। ਸੋ ਇਹ ਟੇਢ ਕਿੱਥੋਂ ਪੈ ਗਈ, ਇਹ ਗੜਬੜ ਕਿੱਥੋਂ ਹੋ ਗਈ? ਉਹ ਇੱਥੋਂ ਹੋ ਗਈ ਕਿ ਉਸ ਤੋਂ ਪਹਿਲਾਂ 18ਵੀਂ ਸਦੀ 'ਚ ਸਾਡੇ ਵਾਸਤੇ, ਸਿੱਖਾਂ ਵਾਸਤੇ ਗੁਰੂ ਤੋਂ ਉੱਪਰ ਕੋਈ ਚੀਜ਼ ਨਹੀਂ ਸੀ। ਸਾਡੀ ਟੋਟਲ ਵਫਾਦਾਰੀ ਗੁਰੂ ਨਾਲ ਸੀ, ਗੁਰੂ ਤੋਂ ਹੋਰ ਵੱਡੀ ਚੀਜ਼ ਕੋਈ ਨਹੀਂ ਸੀ। ਹੁਣ ਕੀ ਕਰਤਾ ਇਹਨਾਂ ਨੇ ਕਿ ਦੇਸ਼ ਗੁਰੂ ਤੋਂ ਵੀ ਵੱਡਾ, ਦੇਸ਼ ਦੀ ਸੇਵਾ, ਦੇਸ਼ ਪ੍ਰਤੀ ਵਫਾਦਾਰੀ ਗੁਰੂ ਤੋਂ ਵੱਡੀ ਹੈ। ਅਤੇ ਜੇ ਦੇਸ਼ ਦੀ ਮੰਗ ਕਰੇ ਜੇ ਦੇਸ਼ ਕਿ ਦੇਸ਼ ਦਾ ਨੁਕਸਾਨ ਹੋ ਰਿਹਾ ਦਰਬਾਰ ਸਾਹਿਬ 'ਚ ਬੈਠੇ ਬੰਦਿਆਂ ਦੀਆਂ ਕਾਰਵਾਈਆਂ ਨਾਲ, ਤਾਂ ਦੇਸ਼ ਦੀ ਰਾਖੀ ਵਾਸਤੇ ਉੱਥੇ ਹਮਲਾ ਕੀਤਾ ਜਾ ਸਕਦਾ। ਜੇ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਇਹ ਕਿਹਾ ਹੁੰਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਹਿੰਦੂ ਧਰਮ ਨੂੰ ਖਤਰਾ ਹੈ, ਉਹ ਕਿਤੇ ਅਗਵਾਈ ਕਰ ਸਕਦਾ ਸੀ? ਉਹਨੇ ਇਹ ਸੀ ਵੀ ਮੈਂ ਕੀ ਲੈਣਾ। ਜਦੋਂ ਇਹ ਹੋਇਆ ਦੇਸ਼ ਨੂੰ ਖਤਰਾ, ਕਿਉਂਕਿ ਮਨਾਂ ਵਿੱਚ ਉਹ ਗੱਲ ਜੜ ਲਾਤੀ, ਦੇਸ਼ ਭਗਤੀ ਤੋਂ ਵੱਡੀ ਹੋਰ ਕੋਈ ਗੱਲ ਨਹੀਂ, ਸਿਰੇ ਦੀ ਗੱਲ ਦੇਸ਼ ਭਗਤੀ ਹੈ, ਬਾਕੀ ਸਾਰੇ ਉਹਦੇ ਅਧੀਨ ਹੈ। ਸੋ ਦੇਸ਼ ਨੂੰ ਬਚਾਉਣ ਵਾਸਤੇ, ਦੇਸ਼ ਨੂੰ ਤਕੜਾ ਕਰਨ ਵਾਸਤੇ ਬਾਕੀ ਸਭ ਕੁਛ ਕੁਰਬਾਨ ਕੀਤਾ ਜਾ ਸਕਦਾ, ਗੁਰੂ 'ਤੇ ਵੀ ਹਮਲਾ ਕੀਤਾ ਜਾ ਸਕਦਾ, ਗੁਰੂ ਦੇ ਘਰ 'ਤੇ ਵੀ ਹਮਲਾ ਕੀਤਾ ਜਾ ਸਕਦਾ। ਆਹ ਜਿਹੜਾ ਉਹਨਾਂ ਨੇ ਕੰਮ ਕੀਤਾ, ਗਰਾਊਂਡ ਤਿਆਰ ਕੀਤੀ ਮਨਾਂ ਦੇ ਵਿੱਚ, ਇਸ ਗੱਲ ਵੱਲ ਅਸੀਂ ਬਹੁਤਾ ਧਿਆਨ ਨਹੀਂ ਸੀ ਦਿੱਤਾ। ਤੋ ਮੈਂ ਜਦੋਂ ਕਿਤਾਬਾਂ ਲਿਖਣ ਦਾ ਸਿਲਸਿਲਾ ਸ਼ੁਰੂ ਕੀਤਾ, ਜਦੋਂ ਮੈਨੂੰ ਸਰਦਾਰ ਜਗਜੀਤ ਸਿੰਘ ਨੇ ਪ੍ਰੇਰਿਆ 1996 'ਚ ਕਿ ਹੁਣ ਲਹਿਰ ਤਾਂ ਖਤਮ ਹੋ ਗਈ, ਇੱਕ ਕੰਮ ਜੇ ਤੂੰ ਕਰ ਸਕਦਾ ਤਾਂ ਕਰ, ਕਿ ਜੋ ਕੁਛ ਸਾਡੇ ਨਾਲ ਹੋਇਆ ਦਰਬਾਰ ਸਾਹਿਬ 'ਤੇ ਹਮਲਾ, ਉਦੋਂ ਬਾਅਦ ਦਿੱਲੀ ਦੇ ਵਿੱਚ ਜੋ ਨਸਲਕੁਸ਼ੀ ਹੋਈ, ਉਹਦਾ ਵਰਣਨ ਉਹ ਤਾਂ ਕਰ ਰਹੇ ਨੇ, ਉਹਦਾ ਨੈਰੇਟਿਵ ਉਹ ਰਚ ਰਹੇ ਨੇ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨਾਲ ਹੋਇਆ ਉਹਨਾਂ ਵੱਲੋਂ ਜਾ ਨਹੀਂ ਰਹੀ ਗੱਲ। ਵੀ ਅੱਜ ਤਾਂ ਕਹਿੰਦਾ ਆਪਾਂ ਆਈ ਵਿਟਨੈਸ ਆ ਨਾ, ਆਪਣੀਆਂ ਅੱਖਾਂ ਸਾਹਮਣੇ ਹੋਇਆ ਆਪਾਂ ਜਿਉਂਦੇ ਹਾਂ, ਜਦੋਂ ਆਪਾਂ ਚਲੇ ਗਏ ਤਾਂ ਉਹ ਦੱਸਣ ਵਾਲਾ ਤਾਂ ਕੋਈ ਵੀ ਨਹੀਂ ਹੋਊਗਾ ਵੀ ਕੀ ਹੋਇਆ ਸੀ, ਉਹ ਤਾਂ ਫਿਰ ਜੋ ਉਹਨਾਂ ਨੇ ਲਿਖਤਾ ਉਹੀ ਗੱਲਾਂ ਪਰਚਾ ਹੋਣਗੀਆਂ। ਸੋ ਉਹਨਾਂ ਨੇ ਮੈਨੂੰ ਇਸ ਗੱਲ ਵਾਸਤੇ ਕਿਹਾ ਸੀਗਾ ਵੀ ਤੂੰ ਇਹ ਕੰਮ ਜੇ ਕਰ ਸਕਦਾ ਫਿਰ ਦੱਸ।
ਹੁਣ ਉਸ ਵੇਲੇ ਤੱਕ ਮੇਰਾ ਕਿਤਾਬ ਲਿਖਣ ਦਾ ਕੋਈ ਐਕਸਪੀਰੀਅੰਸ ਨਹੀਂ ਸੀ, ਬਿਲਕੁਲ ਨਹੀਂ। ਲੇਖ ਲਿਖਣਾ ਹੋਰ ਗੱਲ ਹੁੰਦੀ ਹੈ, ਕਿਤਾਬ ਲਿਖਣੀ ਬਹੁਤ। ਮੇਰਾ ਹੌਂਸਲਾ ਨਹੀਂ ਸੀ ਪੈਂਦਾ। ਚਲੋ ਉਹਨਾਂ ਨੇ ਖੈਰ ਮੈਨੂੰ ਇਸ ਗੱਲ ਵਾਸਤੇ ਪ੍ਰੇਰਨਾ ਦਿੱਤੀ, ਹੌਂਸਲਾ ਦਿੱਤਾ। ਉਹਨਾਂ ਨੇ ਫਿਰ ਮੈਨੂੰ ਤਿੰਨ ਗੱਲਾਂ ਕਹੀਆਂ ਜਿਹੜੀਆਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਇੱਥੇ। ਉਹ ਕਹਿੰਦਾ ਵੀ ਤਾਂ ਇਹ ਤੂੰ ਟਾਸਕ ਲਈ ਜੇ ਸੱਚ ਬੋਲਣ ਦੀ ਜ਼ਰੂਰਤ ਹੈ, ਜੇ ਲਿਖਣ ਲੱਗਿਆਂ ਇਹ ਲੱਗੇ ਕਿ ਆਹ ਗੱਲ ਕਹਿਣ ਨਾਲ ਫਲਾਨਾ ਨਾ ਨਾਰਾਜ਼ ਹੋ ਜੇ, ਫਿਰ ਨਹੀਂ, ਫਿਰ ਲਿਖਣ ਦਾ ਕੋਈ ਫਾਇਦਾ ਨਹੀਂ। ਸੋ ਜੇ ਇੰਨੀ ਕੁ ਜ਼ਰੂਰਤ ਹੈਗੀ ਕਿ ਗੱਲ ਸੱਚ ਲੱਭਣਾ, ਸੱਚ ਕਹਿਣਾ, ਫਿਰ ਕੋਈ ਆਪਣਾ ਵੀ ਭਾਵੇਂ ਨਾਰਾਜ਼ ਹੁੰਦਾ, ਫਿਰ ਕੋਈ ਇਸ ਗੱਲ ਦੀ ਪਰਵਾਹ ਨਹੀਂ ਕਰਨੀ। ਨੰਬਰ ਇੱਕ ਇਹ। ਨੰਬਰ ਦੋ ਵੀ ਹੁਣ ਇਤਿਹਾਸ ਦੇ ਵਿੱਚ ਜਿਹੜੀਆਂ ਕਿਸੇ ਬੰਦਿਆਂ ਤੋਂ ਗਲਤੀਆਂ ਹੋਈਆਂ ਜਾਂ ਭੁੱਲਾਂ ਹੋਈਆਂ ਜਾਂ ਗੁਨਾਹ ਕੁਛ ਵੀ ਹੋਇਆ, ਉਹ ਉਨਾ ਦੱਸੋ ਜਿੰਨਾ ਹੈ, ਉਹਨੂੰ ਵਧਾ ਚੜਾ ਕੇ ਨਹੀਂ। ਉਹ ਕਹਿੰਦਾ ਵੀ ਤੁਹਾਨੂੰ ਕੋਈ ਬੰਦਾ ਬਹੁਤ ਭੈੜਾ ਲੱਗ ਸਕਦਾ, ਤੁਹਾਨੂੰ ਨਫ਼ਰਤ ਹੋਵੇ ਕਿਸੇ ਦੇ ਖਿਲਾਫ਼, ਤੁਸੀਂ ਉਸ ਨੂੰ ਬਿਲਕੁਲ ਹੀ ਰਾਕਸ਼ ਬਣਾ ਕੇ ਪੇਸ਼ ਕਰ ਦਿਓ। ਇਹ ਟੈਂਡੈਂਸੀ ਲੇਖਕਾਂ 'ਚ ਅਕਸਰ ਆ ਜਾਂਦੀ ਹੈ। ਇਹ ਕਹਿੰਦਾ ਬੇਇਨਸਾਫੀ ਹੁੰਦੀ ਆ ਬੰਦੇ ਨਾਲ, ਜਿਹੜਾ ਹੁਣ ਨਹੀਂ ਰਿਹਾ ਸੰਸਾਰ 'ਤੇ। ਤੁਹਾਡੇ ਹੱਥ 'ਚ ਕਲਮ ਹੈ, ਉਹ ਬੰਦਾ ਹੈ ਨਹੀਂ, ਉਹ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਤਾਂ ਹੈ ਹੀ ਨਹੀਂ ਉਹ, ਅਤੇ ਤੁਸੀਂ ਉਹਨੂੰ ਇਸ ਤਰ੍ਹਾਂ ਪੇਸ਼ ਕਰ ਦਿਓਗੇ, ਅਤੇ ਇਹ ਜੇ ਤੂੰ ਕਰ ਸਕਦਾ ਤਾਂ ਇਹ ਜ਼ਰੂਰ, ਇਹ ਖਿਆਲ ਰੱਖਣਾ ਪਊ। ਲਾਈਕਿੰਗ ਡਿਸਲਾਈਕਿੰਗ ਨੂੰ ਪਾਸੇ ਛੱਡ ਕੇ ਜਿਹਦਾ ਜਿੰਨਾ ਰੋਲ ਆ ਜੋ ਵੀ ਹੈ, ਉਨਾ ਕੁ ਦੋਸ਼ ਉਨਾ ਕੁ ਦੱਸੋ ਜਿੰਨਾ ਉਹਦਾ ਹੈ, ਵਧਾ ਚੜਾ ਕੇ ਨਹੀਂ। ਕਈ ਵਾਰ ਲੌਜੀਕਲੀ ਅਸੀਂ ਐਕਸਟੈਂਡ ਕਰ ਲੈਂਦੇ ਹਾਂ ਨਾ, ਵੀ ਬੰਦਾ ਥਿੜਕਿਆ ਹੋਵੇ ਕਿਤੋਂ ਜਾਂ ਹੋਰ, ਅਸੀਂ ਸਿੱਧਾ ਵੀ ਉਹ ਸਟੇਟ ਨੇ ਏਜੰਟ ਸੀ। ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਸਟੇਟ ਦਾ ਏਜੰਟ ਹੈ, ਗਲਤੀ ਹੋਰ ਵੀ ਹੋ ਸਕਦੀ ਹੈ, ਕੋਈ ਹੋਰ ਕਾਰਨ ਵੀ ਹੋ ਸਕਦੇ ਹਨ। ਚਲੋ ਉਹਨੇ ਮੈਨੂੰ ਮਤਲਬ ਇਹ ਕਿਹਾ ਵੀ ਇੰਨੀ ਕੁ ਗੱਲ ਦਾ ਇਹ ਖਿਆਲ ਰੱਖਣਾ ਪਊਗਾ। ਇਹ ਤੀਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਭਾਸ਼ਾ ਠੀਕ ਰੱਖੋ, ਕਿਤੇ ਵੀ ਜਿਹੜੀ ਭਾਸ਼ਾ ਹੈ ਉਹ ਗਾਲੀ ਗਲੋਚ ਵਾਲੀ ਨਾ ਹੋਵੇ, ਦੁਸ਼ਮਣ ਪ੍ਰਤੀ ਵੀ। ਸੋ ਸਿਵਲਾਈਜ਼ਡ ਲੈਂਗੁਏਜ ਵੀ ਇਹ ਜ਼ਰੂਰੀ ਹੈ ਕਿਸੇ ਵੀ ਸੰਜੀਦਾ ਲਿਖਤ ਵਾਸਤੇ। ਪ੍ਰਾਪੇਗੰਡੇ ਵਾਸਤੇ ਗੱਲ ਹੋਰ ਹੁੰਦੀ ਹੈ, ਅਤੇ ਜੇ ਇਤਿਹਾਸ ਦਾ ਤੁਸੀਂ ਇੱਕ ਮਤਲਬ ਅਨੈਲਿਸਿਸ ਕਰਨ ਬੈਠੇ ਹੋ, ਰਿਵਿਊ ਕਰਨ ਬੈਠੇ ਹੋ, ਤਾਂ ਆਹ ਗੱਲਾਂ ਦਾ ਖਿਆਲ ਰੱਖੋ। ਚਲੋ ਮੈਂ ਉਹ ਕੰਮ ਸ਼ੁਰੂ ਕੀਤਾ। ਇਹਨਾਂ ਗੱਲਾਂ ਦਾ ਮੇਰਾ ਅਭਿਆਸ ਨਹੀਂ ਸੀ ਇੰਨਾ, ਕਿਉਂਕਿ ਅਸੀਂ ਲਹਿਰਾਂ ਦੇ ਵਿੱਚ ਰਹੇ ਜਿੱਥੇ ਜ਼ਿਆਦਾ ਪ੍ਰਾਪੇਗੰਡਾ ਹੁੰਦਾ, ਜਿੱਥੇ ਨਫ਼ਰਤ ਹੀ ਹੁੰਦੀ ਹੈ, ਵਿਰੋਧੀ ਪ੍ਰਤੀ ਸਿਰੇ ਦੀ ਨਫ਼ਰਤ, ਅਤੇ ਉਹਨੂੰ ਭੰਡਣਾ ਹੀ ਭੰਡਣਾ ਹੁੰਦਾ ਵਧਾ ਚੜਾ ਕੇ ਵੀ। ਪਰ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਸੇਧਾਂ ਦੇ ਦਿੱਤੀਆਂ ਸੀ, ਅਤੇ ਉਹ ਮੈਂ ਆਪ ਵੀ ਬਦਲਿਆ ਇਹ ਸਾਰੇ ਪ੍ਰੋਸੈਸ ਦੇ ਵਿੱਚ। ਅਤੇ ਹੁਣ ਮੈਂ ਜਦੋਂ ਮੈਂ ਲਿਖਣ ਲੱਗਿਆ, ਮੇਰੀ ਸਕੀਮ ਇਹ ਸੀ ਕਿ ਮੈਂ 1978 ਤੋਂ ਸ਼ੁਰੂ ਕਰੂੰ, ਜਦੋਂ ਵਿਸਾਖੀ ਦੀ ਖੂਨੀ ਘਟਨਾ ਵਾਪਰੀ ਅੰਮ੍ਰਿਤਸਰ 'ਚ, ਜਿੱਥੋਂ ਫਿਰ ਸਾਰਾ ਅਨਫੋਲਡ ਹੋਇਆ ਘਟਨਾਵਾਂ, ਕਿ ਸਟਾਰਟਿੰਗ ਪੁਆਇੰਟ ਮੈਂ 1978 ਬਣਾਊਂਗਾ, ਅਤੇ ਜਿਹਦੇ 'ਚ ਮੈਨੂੰ ਲੱਗਿਆ ਕੋਈ ਬਹੁਤਾ ਵੱਡਾ ਕੰਮ ਨਹੀਂ। 78 ਤੋਂ 84 ਤੱਕ 200 ਸਫ਼ੇ ਦੀ ਕਿਤਾਬ ਬਣ ਜੂਗੀ, ਅਤੇ ਠੀਕ ਹੈ ਮੈਂ ਕੁਛ ਕੁ ਮਹੀਨਿਆਂ ਦੇ ਵਿੱਚ ਇਹ ਕੰਮ ਖਤਮ ਕਰ ਲੂੰ। ਪਰ ਜਦੋਂ ਮੈਂ ਲਿਖਣ ਲੱਗਿਆ, ਮੈਂ 78 ਤੋਂ ਸ਼ੁਰੂ ਕੀਤਾ, ਮੈਨੂੰ ਇਹ ਲੱਗਿਆ ਕਿ ਨਹੀਂ, ਗੱਲਾਂ ਦੀ ਜੜ 78 'ਤੇ ਨਹੀਂ, ਉਦੋਂ ਪਿੱਛੇ ਪਈ ਹੈ।
ਉਹ ਜਦੋਂ ਫਿਰ ਮੈਂ 78 ਤੋਂ ਪਿੱਛੇ ਫਿਰ ਮੈਂ ਸੋਚਿਆ 1947 ਵੀ ਜਦੋਂ ਦੇਸ਼ ਗੁਲਾਮ ਹੋਇਆ ਉਦੋਂ ਬਾਅਦ ਇਹ ਸਾਰੀਆਂ ਪ੍ਰੋਬਲਮਾਂ ਸ਼ੁਰੂ ਹੋਈਆਂ। ਮੈਂ ਉੱਥੋਂ ਲਿਖਣ ਦਾ ਸ਼ੁਰੂ ਕਰਨ ਬਾਰੇ ਸੋਚਿਆ। ਫਿਰ ਲਿਖਦਿਆਂ ਲਿਖਦਿਆਂ ਮੈਨੂੰ ਲੱਗਿਆ ਵੀ ਨਹੀਂ, 1947 ਵੀ ਨਹੀਂ, 1849 ਜਦੋਂ ਸਾਡਾ ਰਾਜ ਖੁੱਸ ਗਿਆ, ਜਦੋਂ ਹਿਸਟਰੀ 'ਚ ਪਹਿਲੀ ਵਾਰ ਸਿੱਖ ਗੁਲਾਮ ਹੋਏ, ਕਿਉਂਕਿ ਜਦੋਂ ਦੇ ਖਾਲਸਾ ਸਾਜਿਆ ਗਿਆ ਸੀ ਉਹ ਤਾਂ ਇਸ ਤਰ੍ਹਾਂ ਹੀ ਸੀ ਨਾ ਵੀ ਜਾਂ ਉਹ ਬਾਦਸ਼ਾਹ ਜਾਂ ਬਾਗੀ ਹੈ, ਗੁਲਾਮ ਨਹੀਂ, ਜਾਂ ਗੁਲਾਮੀ ਖਿਲਾਫ ਲੜ ਰਿਹਾ ਅਤੇ ਜਾਂ ਫਿਰ ਰਾਜ ਕਰ ਰਿਹਾ। ਗੁਲਾਮੀ ਕਬੂਲ ਕਰ ਲਏ, ਇਹ ਨਹੀਂ ਸੀ ਖਾਲਸੇ। ਸੋ ਸਾਡਾ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਇਤਿਹਾਸ 'ਚ ਪਹਿਲੀ ਵਾਰ ਸਿੱਖਾਂ ਨੇ ਇਹ ਹਾਲਤ ਫੇਸ ਕਰਨੀ ਪਈ ਕਿ ਗੁਲਾਮ ਹੋ ਗਏ ਅਤੇ ਮਾਨਸਿਕ ਤੌਰ 'ਤੇ ਵੀ ਗੁਲਾਮੀ ਕਬੂਲ ਕਰ ਲਈ ਅੰਗਰੇਜ਼ਾਂ ਦੀ, ਜਿਹਦੇ 'ਚੋਂ ਫਿਰ ਇੱਕ ਨਵਾਂ ਰੋਗ ਪੈਦਾ ਹੋਇਆ ਕੌਮ ਦੇ ਵਿੱਚ, ਰਾਜ ਭਗਤੀ, ਸਰਕਾਰ ਭਗਤੀ। ਪਹਿਲਾਂ ਸਿੱਖ 'ਚ ਕਦੇ ਨਹੀਂ ਸੀ, ਸਿੱਖ ਗੁਰੂ ਪ੍ਰਤੀ ਵਫਾਦਾਰ ਸੀ ਬਸ, ਇਹ ਸਰਕਾਰਾਂ ਦੁਨਿਆਵੀ ਰਾਜ ਤਖਤ ਇਹ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਸੀ ਰੱਖਦੇ। ਸੋ ਅੰਗਰੇਜ਼ਾਂ ਦੇ ਜਦੋਂ ਸਰਕਾਰ ਬਣੀ, ਹੌਲੀ ਹੌਲੀ ਉਹਨਾਂ ਦੀ ਐਜੂਕੇਸ਼ਨ ਆਈ, ਉਹ ਪੜ੍ਹ ਕੇ ਅਤੇ ਮਨਾਂ ਦੇ ਵਿੱਚ ਉਹਨਾਂ ਦੇ ਸੰਕਲਪ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਸੱਭਿਅਤਾ, ਉਹਨੇ ਆਪਦੀ ਥਾਂ ਬਣਾਉਣੀ ਸ਼ੁਰੂ ਕਰਤੀ। ਉਸ ਦੀ ਰੌਸ਼ਨੀ 'ਚ ਅਸੀਂ ਆਪਦੇ ਸਾਰੇ ਅਤੀਤ ਨੂੰ ਐਂ ਦੇਖਣ ਲੱਗ ਗਏ, ਆਪਦੇ ਇਤਿਹਾਸ ਨੂੰ ਉਹਨਾਂ ਐਨਕਾਂ ਰਾਹੀਂ ਇੰਟਰਪ੍ਰੈਟ ਕਰਨ ਲੱਗ ਗਏ ਜਿਹਦੇ 'ਚ ਫਿਰ ਸਾਡੀ ਓਰਿਜਨੈਲਿਟੀ, ਓਥੈਂਟਿਸਿਟੀ, ਮੌਲਿਕਤਾ ਨਹੀਂ ਰਹੀ। ਜਿੱਥੇ ਮੈਂ ਕਹਿੰਦਾ ਵੀ ਸਾਡੀ ਅੱਜ ਦੀ ਹਾਲਤ ਕਿਵੇਂ ਕਿਉਂ ਪਹੁੰਚੀ, ਜਦੋਂ ਸਾਡੀ ਪ੍ਰੇਰਨਾ ਦੇ ਸੋਮੇ ਹੀ ਬਦਲ ਗਏ, ਉਹ ਬੰਦੀ ਹੋ ਗਈ। ਸੋ ਇਹ ਫਿਰ ਮੈਂ ਸੋਚਿਆ ਕਿ ਉਹ ਕੀ ਹੋਇਆ, ਗੁਲਾਮ ਹੋਣ ਤੋਂ ਬਾਅਦ ਗੜਬੜ ਕੀ ਹੋਈ ਕਿ ਅਸੀਂ ਜਿਹੜੀ ਦੁਨਿਆਵੀ ਵਿੱਦਿਆ ਉਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਗੁਰਬਾਣੀ ਤੋਂ ਉੱਤਮ ਦਰਜਾ ਦੇ ਲਈ। ਪਹਿਲਾਂ ਇਹ ਨਹੀਂ ਸੀ, ਵਿੱਦਿਆ ਲੈਂਦੇ ਸੀ ਲੋਕ, ਦੁਨਿਆਵੀ ਵਿੱਦਿਆ ਦਾ ਇੱਕ ਆਪਦਾ ਰੋਲ ਹੈ, ਪਰ ਮਨ ਦੇ ਵਿੱਚ ਇਹ ਸੀ ਕਿ ਕਿਉਂਕਿ ਜਦੋਂ ਇੱਧਰ ਗਦਰ ਪਾਰਟੀ ਦੀ ਗੱਲ ਵੀ ਆਈ ਸੀ, ਬਾਹਰ ਸਿੱਖ ਆਏ, ਤਾਂ ਉਸ ਵੇਲੇ ਸੰਤ ਆਤਰ ਸਿੰਘ ਨੇ ਪ੍ਰੋਫੈਸਰ ਤੇਜਾ ਸਿੰਘ ਨੂੰ ਭੇਜਿਆ ਸੀਗਾ ਇੱਥੇ ਬਾਹਰ, ਇਹ ਕਹਿ ਕੇ ਕਿ ਸਾਡੇ ਬਹੁਤ ਲੋਕ ਪੱਛਮ ਦੇ ਵਿੱਚ ਚਲੇ ਗਏ ਨੇ ਹੁਣ ਅਮਰੀਕਾ ਵਗੈਰਾ 'ਚ, ਉੱਥੋਂ ਦੀ ਸੱਭਿਅਤਾ ਦੀ ਚਮਕ ਦਮਕ ਇਹੀ ਜਿਹੀ ਹੁੰਦੀ ਹੈ ਕਿ ਉਹਦੇ ਪ੍ਰਭਾਵ ਹੇਠ ਨਾ ਆ ਜਾਣ ਕਿਤੇ। ਇਸ ਕਰਕੇ ਤੁਸੀਂ ਨਾ ਉਹਨਾਂ ਨੂੰ ਜਾ ਕੇ ਇਹ ਸਮਝਾਉਣਾ ਹੈ ਕਿ ਗੁਰੂ ਘਰ ਦੀ ਵਿੱਦਿਆ ਕੀ ਹੈ, ਇਹ ਦੁਨਿਆਵੀ ਵਿੱਦਿਆ ਕੀ ਹੈ, ਇਹਨਾਂ ਦੋਹਾਂ 'ਚ ਕੀ ਸੰਤੁਲਨ ਅਤੇ ਰਿਸ਼ਤਾ ਕੀ ਬਣਦਾ। ਇੱਥੇ ਆ ਕੇ ਫਿਰ ਪ੍ਰਿੰਸੀਪਲ ਤੇਜਾ ਸਿੰਘ ਨੇ, ਮੈਂ ਕਿਤਾਬ ਦੇ ਵਿੱਚ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਕੋਈ ਮੇਰੇ ਐਵੇਂ ਨਹੀਂ ਜਿਵੇਂ ਵੀ ਚਲੋ ਹੁਣ ਗਦਰਿਆਂ 'ਤੇ ਲਿਖ ਦਿਓ, ਹੁਣ ਕਰਤਾਰ ਸਿੰਘ ਸਰਾਭਾ 'ਤੇ ਲਿਖ ਦਿਓ, ਹੁਣ ਜਸਵੰਤ ਸਿੰਘ ਖਾਲੜਾ, ਇਹ ਸਾਰੀਆਂ ਇੱਕ ਉਸੇ ਲੜੀ 'ਚ ਆ ਕੇ ਜੁੜ ਰਹੀਆਂ, ਕਿਉਂਕਿ ਉਸ ਤੋਂ ਪਹਿਲਾਂ ਜੋ ਵੀ ਗਦਰ ਪਾਰਟੀ ਪੇਸ਼ ਕੀਤੀ ਗਈ ਉਹ ਇਹ ਕੀਤੀ ਗਈ ਕਿ ਉਹਦਾ ਪ੍ਰੇਰਨਾ ਸਰੋਤ ਲਾਲਾ ਹਰਦਿਆਲ ਅਤੇ ਜਾਂ ਜਿਹੜੇ ਹਿੰਦੂ ਨੈਸ਼ਨਲਿਸਟ ਸੀਗੇ ਉਹ ਸੀਗੇ, ਉਹ ਨੈਸ਼ਨਲਿਜ਼ਮ
ਦੇ ਪ੍ਰਭਾਵ ਹੇਠ ਦੇਸ਼ ਭਗਤੀ ਦਾ ਉਹਨਾਂ 'ਚ ਜਜ਼ਬਾ ਜਾਗ ਗਿਆ ਅਤੇ ਉਹਨਾਂ ਨੇ ਉਹ ਪਾਰਟੀ ਬਣਾ ਲਈ। ਜਦੋਂ ਮੈਂ ਸਾਰੇ ਤੱਥ ਇਕੱਠੇ ਕੀਤੇ ਜਾਂ ਖੋਜ ਕੀਤੀ ਅਸੀਂ, ਉਹਦੇ 'ਚੋਂ ਇਹ ਨਿਕਲਿਆ ਕਿ ਗਦਰ ਪਾਰਟੀ ਦੀ ਪਹਿਲੀ ਮੀਟਿੰਗ ਹੋਣ ਤੋਂ ਪਹਿਲਾਂ ਇੱਕ ਵੱਡੀ ਮੁਹਿੰਮ ਚੱਲੀ ਸੀ ਧਰਮ ਪ੍ਰਚਾਰ ਦੀ, ਕਨੇਡਾ 'ਚ ਵੀ ਅਤੇ ਅਮਰੀਕਾ 'ਚ ਵੀ, ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ। ਉਸ ਮੌਕੇ ਇੱਥੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਸੀ ਲਿਆਉਣ ਦੀ ਇਜਾਜ਼ਤ, ਪੰਜ ਗ੍ਰੰਥੀ ਸੀ। ਸੋ ਪੰਜ ਗ੍ਰੰਥੀ ਨੂੰ ਫੁੱਲਾਂ ਨਾਲ ਸਜਾ ਕੇ ਉਹ ਜਗ੍ਹਾ ਜਗ੍ਹਾ ਜਾਂਦੇ ਸੀ ਅਤੇ ਉਹਦੇ ਵਿੱਚ ਮੇਨਲੀ ਜਿਹੜੇ ਪਾਤਰ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕੀਤਾ। ਅਤੇ ਜਿਹੜੇ ਪ੍ਰੋਫੈਸਰ ਤੇਜਾ ਸਿੰਘ ਆ, ਉਹਨੇ ਪਹਿਲਾਂ ਵੈਨਕੂਵਰ ਲੈਕਚਰ ਕੀਤਾ ਜਿੱਥੇ ਹਾਲ ਖਚਾ ਖਚ ਭਰਿਆ ਸੀ ਗੋਰਿਆਂ ਨਾਲ, ਅਤੇ ਸਾਰੀਆਂ ਅਖਬਾਰਾਂ ਨੇ ਕਵਰ ਕੀਤਾ ਇੱਥੋਂ ਦੀਆਂ ਨੇ। ਉਸ ਤੋਂ ਬਾਅਦ ਵਿਕਟੋਰੀਆ ਦਿੱਤਾ ਜਾ ਕੇ, ਉਹ ਪ੍ਰੇਰਨਾ ਸਰੋਤ ਸੀ, ਉਹ ਗਰਾਊਂਡ ਤਿਆਰ ਕੀਤੀ, ਜ਼ਮੀਨ ਤਿਆਰ ਕੀਤੀ ਜਿਹਦੇ ਵਿੱਚੋਂ ਗਦਰ ਪਾਰਟੀ ਨਿਕਲੀ। ਸੋ ਜਿਹਦੇ ਕਰਕੇ ਮੈਨੂੰ ਫਿਰ ਉਹ ਕਿਤਾਬ ਵੀ ਗਦਰੀ ਬਾਬੇ ਕੌਣ ਸਨ, ਵੀ ਤੁਸੀਂ ਉਹਨਾਂ ਨੂੰ ਗਲਤ ਪੇਸ਼ ਕਰੀ ਜਾ ਰਹੇ ਹੋ, ਐਕਚੁਅਲੀ ਕੀ ਸੀਗਾ। ਮੈਂ ਜਿਹੜਾ ਇਤਿਹਾਸ 'ਚ ਸਾਡੇ ਕਿੰਨੇ ਬਲ ਪਾਤੇ ਨਾ ਟੇਢਾਂ, ਵੀ ਉਹ ਸਾਰੀਆਂ ਕੱਢੀਆਂ ਜਾਣ ਇਕੱਲੀਆਂ ਇਕੱਲੀਆਂ ਕਰਕੇ ਹੌਲੀ ਹੌਲੀ। ਇਸ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ, ਹੁਣ ਆਪਾਂ ਬਹੁਤ ਚਿਰ ਦੇ ਸੁਣਦੇ ਆਉਂਦੇ ਹਾਂ, ਉਹ ਜਦੋਂ ਮੈਂ ਪੜ੍ਹਨ ਲੱਗਿਆ, ਮਤਲਬ ਮੈਨੂੰ ਐਂ ਲੱਗਿਆ ਵੀ 17 ਸਾਲ ਦੀ ਉਮਰ ਹੈ ਅਤੇ ਉਹ ਬੰਦਾ ਕਿਸ ਕਿਸਮ ਦੇ ਕੰਮ ਕਰਦਾ ਤੁਰਿਆ ਫਿਰਦਾ। ਕੁਛ ਮਹੀਨਿਆਂ 'ਚ ਹਵਾਈ ਜਹਾਜ਼ ਚਲਾਉਣਾ ਸਿੱਖ ਗਿਆ, ਫਿਰ ਛਾਉਣੀਆਂ 'ਚ ਜਾਂਦਾ, ਕੋਈ ਜਾਣ ਨਹੀਂ, ਕੋਈ ਪਛਾਣ ਨਹੀਂ, ਫੌਜੀ ਨਾਲ ਗੱਲ ਕਰਦਾ, ਫੌਜੀਆਂ ਨਾਲ, ਕਿਸੇ ਨੂੰ ਮਰਨ ਲਈ ਤਿਆਰ ਕਰਨਾ ਨਾ, ਇਹ ਛੋਟੀ ਗੱਲ ਨਹੀਂ ਹੁੰਦੀ। ਅਤੇ ਕੁਛ ਮਿੰਟਾਂ 'ਚ ਹੀ ਬੰਦਿਆਂ ਨੂੰ ਮਰਨ ਲਈ ਤਿਆਰ ਕਰ ਦੇਣਾ, ਉਹ ਵੀ ਆਪਦੀ ਬਾਪ ਦੇ ਉਮਰ ਦੇ ਬੰਦੇ, ਕਿਉਂਕਿ ਉਹ ਤਾਂ 17 ਅਣਦਾੜੀਆ, ਅਣਦਾੜੀਏ ਬੰਦੇ ਦੇ ਕਹੇ ਕਿਤੇ ਕੋਈ ਮਰਨ ਨੂੰ ਤਿਆਰ ਹੋ ਜਾਊਗਾ ਉਹਦੀਆਂ ਗੱਲਾਂ 'ਤੇ। ਉਹ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਵੀ ਲੁਧਿਆਣੇ ਤੋਂ ਰੇਲ ਗੱਡੀ 'ਚ ਬੈਠਾ, ਉੱਥੇ ਇੱਕ ਸਿੱਖ ਫੌਜੀ ਬੈਠਾ ਸੀ ਵਰਦੀ 'ਚ, ਅਤੇ ਇਹ ਉਹਦੇ ਨਾਲ ਜਾ ਬੈਠਾ ਡੱਬੇ 'ਚ, ਅਤੇ ਰਾਹ 'ਚ ਗੱਲੀ ਲਾ ਲਿਆ ਉਹਨੂੰ, ਗੱਲਾਂ ਕਰਦੇ ਕਰਦੇ ਜੋ ਜਲੰਧਰ ਉਹਨੇ ਉਤਰਨਾ ਸੀ, ਅਤੇ ਜਦੋਂ ਜਲੰਧਰ ਉਤਰੇ ਤਾਂ ਉਹ ਬੰਦੇ ਨੇ ਮਤਲਬ ਹੱਥ ਮਿਲਾਇਆ ਅਤੇ ਕਮਿਟਮੈਂਟ ਕੀਤੀ ਕਿ ਮੈਂ ਲਾਹੌਰ ਛਾਉਣੀ ਦੇ ਵਿੱਚ ਜਿਹੜਾ ਅਸਲੇ ਖਾਨੇ ਦਾ ਇੰਚਾਰਜ ਆ, ਚਾਬੀਆਂ ਮੇਰੇ ਕੋਲ ਹੁੰਦੀਆਂ, ਜਿੱਦੇ ਲੋੜ ਪਈ ਚਾਬੀਆਂ ਫੜ ਲਿਓ। ਇੱਕ ਘੰਟੇ ਦਾ ਸਫ਼ਰ ਹੋਰ ਕਿੰਨਾ ਕੁ ਰੇਲ ਗੱਡੀ ਦਾ, ਉਹ ਇੱਕ ਅਣਦਾੜੀ ਆ ਮੁੰਡਾ ਅਤੇ ਉਹ ਐਂ ਤਿਆਰ ਕਰ ਲਿਆ। ਸੋ ਮੈਨੂੰ ਐਂ ਲੱਗਿਆ ਵੀ ਇਹ ਗੱਲ ਇੰਨੀ ਛੋਟੀ ਜਿਹੀ ਨਹੀਂ, ਕੋਈ ਦੇਰ ਵਾਜ਼ ਸਮਥਿੰਗ ਐਲਸ, ਕੋਈ ਗੱਲ ਸੀ ਉਹਦੇ 'ਚ ਵੱਡੀ, ਉਹ ਕੀ ਸੀ, ਇਹ ਇੱਥੋਂ ਤੱਕ ਜਾਣਾ ਬਹੁਤ ਜ਼ਰੂਰੀ ਸੀ। ਜਿੱਥੇ ਫਿਰ ਮੈਂ ਟਾਈਟਲ ਦਿੱਤਾ ਕਰਤਾਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਤੂਫਾਨਾਂ ਦਾ ਸ਼ਾਹ ਸਵਾਰ। ਹੁਣ ਤੂਫਾਨਾਂ ਦੀ ਸਵਾਰੀ ਕਰਨੀ, ਜਿਵੇਂ ਅੱਥਰੇ ਘੋੜੇ ਦੀ ਸਵਾਰੀ ਕਰਨੀ ਕਿੰਨੀ ਔਖੀ ਹੁੰਦੀ ਹੈ, ਤੂਫਾਨਾਂ ਦੀ ਸਵਾਰੀ ਕਰਨੀ ਉਹਦੇ ਵਾਸਤੇ ਤਾਂ ਬਹੁਤ ਹੀ ਅਸਧਾਰਨ ਤੁਹਾਡੇ 'ਚ ਕੋਈ ਪ੍ਰਤਿਭਾ ਚਾਹੀਦੀ। ਸੋ ਬੰਦਿਆਂ ਨੇ ਕਰਤਾਰ ਸਿੰਘ ਸਰਾਭਾ ਦੀ ਸਿਫਤ ਤਾਂ ਕੀਤੀ ਸੀ, ਪਰ ਇੱਕ ਉਹਦੇ 'ਚ ਇੰਨੀ ਐਕਸਟਰਾ ਆਰਡੀਨਰੀ ਅਸਧਾਰਨ ਪ੍ਰਤਿਭਾ, ਅਤੇ ਉਹ ਕੀ ਸੀ, ਉਹ ਸਿੱਖੀ ਤੋਂ ਬਿਨਾਂ ਨਹੀਂ ਸੀ ਉਹਦੀ ਕੋਈ ਵਿਆਖਿਆ ਹੋ ਸਕਦੀ। ਫਿਰ ਇੱਕ ਤੱਥ ਮਿਲ ਗਿਆ ਬਹੁਤ ਔਥੈਂਟਿਕ ਅਤੇ ਸਿੱਕੇਬੰਦ, ਕਿ ਜਦੋਂ ਬਗਾਵਤ ਕਰਨੀ ਸੀ 21 ਫਰਵਰੀ ਨੂੰ, ਤਾਂ ਉਦੋਂ ਪਹਿਲਾਂ ਲਾਹੌਰ ਮੀਟਿੰਗ ਹੋਈ ਇਹਨਾਂ ਦੀ, ਜਿਹੜੀ ਕੋਰ ਸਾਰੇ ਬੰਦੇ ਸੀਗੇ ਕਮੇਟੀ ਦੇ,
ਅਤੇ ਜਿਹਦੇ 'ਚ ਇਹ ਹੋਇਆ ਕਿ ਬਗਾਵਤ ਤੋਂ ਬਾਅਦ ਆਪਾਂ ਝੰਡਾ ਲਹਿਰਾਉਣਾ ਜਿਹੜਾ ਜਗ੍ਹਾ ਜਗ੍ਹਾ, ਉਹ ਝੰਡਾ ਕਿਹੜਾ ਹੋ। ਸੋ ਗਦਰ ਪਾਰਟੀ ਨੇ ਇੱਥੇ ਜੋ ਝੰਡਾ ਬਣਾਇਆ ਸੀ ਉਹ 'ਚ ਦੋ ਰੰਗ ਸੀ ਕਿ ਦੋਵੇਂ ਕਮਿਊਨਿਟੀਜ਼ ਦੇ ਰੰਗ ਆ ਜਾਣ, ਇੱਕ ਮੁਸਲਮਾਨਾਂ ਦਾ ਇੱਕ ਹਿੰਦੂਆਂ ਦਾ। ਉਹ ਫਿਰ ਮੈਂ ਜਦੋਂ ਪੜ੍ਹਿਆ, ਸਚਿੰਦਰ ਨਾਥ ਸਨਿਆਲ ਬੰਗਾਲੀ ਸੀ, ਰਾਸ ਬਿਹਾਰੀ ਬੋਸ ਉਸ ਮੀਟਿੰਗ ਸੀ, ਰਾਸ ਬਿਹਾਰੀ ਬੋਸ ਇਹਨਾਂ ਸਾਰਿਆਂ ਦਾ ਆਗੂ ਸੀਗਾ ਜਿਹਨੂੰ ਸਾਰੇ ਹੀ ਮੰਨਦੇ ਸੀ। ਉਸ ਰਾਸ ਬਿਹਾਰੀ ਬੋਸ ਨੇ ਸਚਿੰਦਰ ਨਾਥ ਸਨਿਆਲ ਨੂੰ ਦੱਸਿਆ ਕਿ ਉਸ ਮੀਟਿੰਗ 'ਚ ਜਿਹੜੇ ਸਿੱਖ ਸੀ ਉਹ ਆਪਦਾ ਰੰਗ ਪਵਾਉਣ ਵਾਸਤੇ ਬਹੁਤ ਅੜੇ ਕਿ ਸਾਡਾ ਰੰਗ ਪੈਣਾ ਚਾਹੀਦਾ। ਫਿਰ ਮੈਂ ਖੋਜ ਕੀਤੀ ਸਿੱਖ ਕਿਹੜੇ ਕਿਹੜੇ ਸੀ ਉੱਥੇ। ਉੱਥੇ ਫਿਰ ਉਹ ਕਰਦੇ ਕਰਦੇ ਇਹ ਪਤਾ ਲੱਗਿਆ ਸਿੱਖ ਤਾਂ ਤਿੰਨ ਹੀ ਸੀ ਉਸ ਮੀਟਿੰਗ 'ਚ, ਅਤੇ ਤਿੰਨਾਂ 'ਚੋਂ ਇੱਕ ਬੰਦਾ ਉਹ ਸੀ ਜਿਹਦੀ ਸਿੱਖੀ 'ਚ ਕੋਈ ਬਹੁਤੀ ਵੱਡੀ ਨੇਚਾ ਨਹੀਂ ਸੀ। ਸੋ ਲੈ ਦੇ ਕੇ ਕਰਤਾਰ ਸਿੰਘ ਸਰਾਭਾ ਹੀ ਸੀ ਜਿਹੜਾ ਇਸ ਗੱਲ 'ਤੇ ਅੜਿਆ ਕਿ ਸਾਡਾ ਰੰਗ ਵਿੱਚ ਹੋਣਾ ਚਾਹੀਦਾ, ਜਿਹਦਾ ਮਤਲਬ ਸਿੱਖੀ ਦੀ ਦਾ ਜਿਹੜਾ ਜਜ਼ਬਾ ਸਿੱਖੀ ਦਾ ਪ੍ਰੇਮ ਹੈ ਉਹ ਕਿੰਨਾ ਸੀ, ਜਿਹਨੂੰ ਬਿਲਕੁਲ ਹੀ ਇਹਨਾਂ ਨੇ ਬਾਹਰ ਕੱਢਤਾ ਸੀ ਕਿ ਵੀ ਦੇਸ਼ ਭਗਤ ਸੀ ਜੀ, ਦੇਸ਼ ਭਗਤ ਸੀ ਉਹ ਤਾਂ ਬਸ। ਸੋ ਇਹ ਜਿਹੜੀਆਂ ਕੀਤੀਆਂ ਇਹਦੇ ਵਿੱਚੋਂ ਸਾਰੀਆਂ ਇਹੀਆਂ ਗੜਬੜਾਂ ਜਿਹਦੇ 'ਚ ਮੈਂ ਕਹਿਣਾ ਵੀ ਇਹ ਕਿਤਾਬਾਂ ਐਂ ਨਿਕਲੀ ਗਈਆਂ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਚੌਥੀ, ਵੀ ਤਾਂ ਕਿ ਇਹ ਸਾਰਾ ਜੋ ਹੈਗਾ ਇਹਨੂੰ ਖੋਲ੍ਹ ਕੇ ਇਹਨੂੰ ਐਕਸਪਲੇਨ ਡੀਕੋਡ ਕੀਤਾ ਜਾਵੇ, ਸਾਰੇ ਕੁਛ ਨੂੰ ਐਕਸਪਲੇਨ ਕੀਤਾ ਜਾਵੇ। ਪਰ ਇਹ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ, ਜਿੱਥੇ ਇੰਨੀਆਂ ਗੁੰਝਲਾਂ ਪਾਤੀਆਂ ਉਹਨਾਂ ਨੇ, ਸੈਂਕੜਿਆਂ ਦੀ ਗਿਣਤੀ 'ਚ ਵਿਦਵਾਨਾਂ ਨੇ ਕੀਤਾ ਹੋਇਆ ਕੰਮ, ਉਹ ਜਿਨ੍ਹਾਂ ਕੋਲ ਇੰਨੇ ਸਾਧਨ, ਜਿਹੜੇ ਇੰਨੇ ਟ੍ਰੇਨਡ ਸਕੋਲਰ। ਹੁਣ ਮੈਂ ਤਾਂ ਕੋਈ ਟ੍ਰੇਨਡ ਵੀ ਨਹੀਂ, ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ, ਮੇਰਾ ਕੋਈ ਅਭਿਆਸ ਨਹੀਂ। ਇੱਕ ਐਕਟਿਵਿਸਟ ਸੀ ਲਹਿਰਾਂ ਵਿੱਚ ਕੰਮ ਕਰਦੇ ਕਰਦੇ, ਸਿਰ ਆ ਪਿਆ ਕੰਮ ਵੀ ਚਲੋ ਇਹ ਲਿਖਣ ਲੱਗ ਜਾਓ। ਇਸ ਕਰਕੇ ਮੇਰੇ ਇਸ ਕੰਮ ਨੂੰ ਜਿਹੜੇ ਸਕੋਲਰ ਆ ਉਹ ਤਾਂ ਰਿਕਗਨਾਈਜ਼ ਵੀ ਨਹੀਂ ਕਰਦੇ, ਉਹ ਨਹੀਂ ਇਸ ਗੱਲ ਨੂੰ ਕੋਈ ਮਾਨਤਾ ਦਿੰਦੇ। ਚਲੋ ਮੈਂ ਤਾਂ ਇਹ ਗੱਲਾਂ ਦੱਸ ਰਿਹਾ ਵੀ ਇਹਦੇ ਵਿੱਚੋਂ ਸਾਰੀ ਇੱਕ ਪਿਕਚਰ ਜੀ ਨਾ ਸਾਡੀ, ਵੀ ਸਾਡੇ ਗੜਬੜ ਕਿੱਥੇ ਹੈ। ਸਾਨੂੰ ਸਿਮਟਮ ਦਿਸੀ ਜਾਂਦੇ ਵੀ ਨਸ਼ਿਆਂ ਦਾ ਹੈ, ਭ੍ਰਿਸ਼ਟਾਚਾਰ ਹੈ, ਜੇ ਹੈ ਵੋ ਹੈ, ਪਰ ਉਹ ਸਾਰਾ ਕੁਛ ਪਹਿਲਾਂ ਤਬਾਹ ਕਿਵੇਂ ਕੀਤਾ ਗਿਆ, ਸਾਨੂੰ ਇਸ ਪੁਜੀਸ਼ਨ 'ਚ ਲਿਆਂਦਾ ਕਿਵੇਂ ਗਿਆ, ਬਕਾਇਦਾ ਇੱਕ ਬਿਨੇ ਸਿਸਟੇਮੈਟਿਕ ਅਤੇ ਪਲੈਨਡ ਵੇ ਨਾਲ। ਅਤੇ ਜਿੰਨਾ ਚਿਰ ਉਸ ਲੈਵਲ 'ਤੇ ਉਹਦਾ ਟਾਕਰਾ ਨਹੀਂ ਹੋਊ ਉਨਾ ਚਿਰ ਅਸੀਂ ਕੁਛ ਨਹੀਂ ਕਰ ਸਕਾਂਗੇ, ਉੱਥੋਂ ਜਾ ਕੇ ਹੱਥ ਪਾਉਣਾ ਪਊ। ਅਸੀਂ ਕਿੱਥੇ ਉਲਝ ਜਾਂਦੇ ਹਾਂ, ਅਕਾਲੀਆਂ ਤੋਂ ਵੱਧ ਦਿਨ ਹੋ ਗਏ ਵੀ ਚਲੋ ਕਾਂਗਰਸ ਨੂੰ ਪਾ ਦਿਓ ਵੋਟਾਂ, ਫਿਰ ਮੁੜ ਕੇ ਮਨਪ੍ਰੀਤ ਸਿੰਘ ਨੇ ਇੱਕ ਝੰਡਾ ਚੁੱਕ ਲਿਆ ਵੀ ਹਾਂ ਹਾਂ ਬਸ ਇਹ ਤੋਂ ਇਹ ਹੁਣ ਪਾਰ ਉਤਾਰਾ ਕਰੂਗਾ, ਫਿਰ ਉਹ ਵੀ ਹੋ ਗਿਆ, ਫਿਰ ਆਮ ਆਦਮੀ ਪਾਰਟੀ ਆ। ਮਤਲਬ ਕਦੇ ਇੱਕ ਆ ਗਿਆ, ਕਦੇ ਦੂਜਾ ਆ ਗਿਆ, ਕਦੇ ਤੀਜਾ ਆ ਗਿਆ, ਉਹਨਾਂ ਵਿੱਚ ਹੀ ਉਲਝਦੇ ਜਾਂਦੇ। ਸੋ ਜਿੱਡੀ ਵੱਡੀ ਇਹ ਪ੍ਰੋਬਲਮ ਹੈ, ਜਿੱਡਾ ਰੋਗ ਹੈ, ਇਹ ਇਸ ਤਰ੍ਹਾਂ ਹੱਲ ਨਹੀਂ ਹੋਣਾ। ਸੋ ਅੱਜ ਤਾਂ ਮਤਲਬ ਮੈਂ ਇਸ ਪੁਜੀਸ਼ਨ 'ਤੇ, ਮੈਂ ਤਾਂ ਇਸ ਨਿਰਣੇ 'ਤੇ ਪਹੁੰਚ ਗਿਆ ਕਿ ਹੁਣ ਜੋ ਹਾਲਤ ਪੰਜਾਬ ਦਾ ਬਣਿਆ ਪਿਆ ਉਹ ਵਿਅਕਤੀ 'ਤੇ ਜਾਂ ਬੰਦੇ ਦੇ ਵੱਸ ਦਾ ਰੋਗ ਰਿਹਾ ਨਹੀਂ। ਕੋਈ ਸਪਿਰਚੁਅਲ ਫਿਗਰ ਆਵੇ, ਜਿਹੜੀ ਸਪਿਰਚੁਅਲ ਰੀਜਨਰੇਸ਼ਨ ਹੋਵੇ ਸੁਸਾਇਟੀ ਦੇ ਵਿੱਚ, ਕੋਈ ਇਸ ਤਰ੍ਹਾਂ ਦਾ ਸੰਤ ਮਹਾਂਪੁਰਸ਼ ਜਿਵੇਂ ਸੰਤ ਆਏ ਸੀਗੇ,
ਇਹਦਾ ਮਤਲਬ ਇਹ ਨਹੀਂ ਵੀ ਜਿੰਨਾ ਚਿਰ ਉਹ ਨਹੀਂ ਆਉਂਦੇ ਤਾਂ ਆਪਾਂ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ, ਵੀ ਹਰ ਐਫਰਟ ਦਾ ਕੁਛ ਨਾ ਕੁਛ ਤਾਂ ਉਹਦਾ ਫਰਕ ਪੈਂਦਾ ਹੀ ਪੈਂਦਾ। ਹੁਣ ਜੇ ਮੈਂ ਕਿਤਾਬਾਂ ਲਿਖੀਆਂ ਤਾਂ ਆਫਟਰ ਆਲ ਇਹਨਾਂ ਦਾ ਵੀ ਕੰਪੈਕਟ, ਪਰ ਜਦੋਂ ਇਹ ਲਿਖੀਆਂ ਸੀ ਮੈਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਰਿਸਪੋਂਸ ਮਿਲੂ। ਮੈਂ ਸੱਚੀ ਗੱਲ ਦੱਸਦਾ, ਜਦੋਂ ਪਹਿਲੀ ਕਿਤਾਬ ਲਿਖੀ ਹੈ ਤਾਂ ਮੈਂ ਸਾਨੂੰ ਇਹ ਸੀਗਾ ਕਿ ਜੇ 100 ਬੰਦਾ ਵੀ ਪੜ੍ਹ ਗਿਆ ਪੰਜਾਬ 'ਚ ਸਾਡੀ ਮਿਹਨਤ ਜਿਹੜੀ ਹੈ ਉਹ ਸਫਲ ਹੋ ਜੂਗੀ, ਕਿਉਂਕਿ ਇਹ ਲੱਗਦਾ ਸੀ ਕਿ ਇੰਨੀਆਂ ਔਖੀਆਂ ਗੱਲਾਂ ਇਹ ਇਹਨਾਂ ਨੂੰ ਕੌਣ ਪੜੂ, ਇਹ ਕਿਹੜਾ ਕੋਈ ਮਤਲਬ ਕੋਈ ਨਾਵਲ ਕਹਾਣੀ ਹੈ। ਪਰ ਅਸੀਂ ਹੈਰਾਨ ਹੋਏ, ਪਬਲਿਸ਼ਰ ਵੀ ਹੈਰਾਨ ਹੋਇਆ ਕਿਤਾਬ ਨੂੰ ਰਿਸਪੋਂਸ ਪਹਿਲੀ ਨੂੰ, ਜਦੋਂ ਮੈਨੂੰ ਕੋਈ ਵੀ ਨਹੀਂ ਸੀ ਜਾਣਦਾ, ਪਬਲਿਸ਼ਰ ਵੀ ਨਹੀਂ ਸੀ ਜਾਣਦਾ ਵੀ ਹੂ ਇਜ਼ ਅਜਮੇਰ ਸਿੰਘ। ਅਤੇ ਪਰ ਉਹ ਲੋਕਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਜਦੋਂ ਹੀ ਖਬਰ ਫੈਲੀ ਇਹੀ ਜੀ ਕਿ ਕਿਤਾਬ ਪੜ੍ਹਨ ਵਾਲੀ ਹੈ, ਅਤੇ ਜੇ ਸਾਡੀ ਗੱਲ ਕੀਤੀ ਹੋਈ ਆ ਮਤਲਬ, ਕਿਉਂਕਿ ਲੋਕਾਂ ਦੀ ਇੱਕ ਤਾਂ ਭੁੱਖ ਪਈ ਸੀ ਜਿਹੜੀ ਸਾਥੋਂ ਪੜ੍ਹੀ ਨਾ ਗਈ ਪਹਿਲਾਂ, ਕਿ ਦੁਸ਼ਮਣ ਲਿਖੀ ਜਾਂਦਾ ਉਹ ਇੰਨਾ ਕੁਛ ਸਾਡੇ ਨਾਲ ਕਰਕੇ, ਸਾਡੀ ਗੱਲ ਵੀ ਤਾਂ ਹੋਵੇ ਕਿਤੇ, ਬਸ ਉਹਨਾਂ ਨੂੰ ਆਪਦੀ ਗੱਲ ਲੱਗੀ ਕਿ ਸਾਡੀ ਗੱਲ ਵੀ ਕਿਤੇ ਹੋਈ ਹੈ। ਇਹ ਲੋਕ ਸੁਣਨਾ ਚਾਹੁੰਦੇ ਸੀ ਜਿਹਦੇ ਵਿੱਚੋਂ ਇਹ ਕਿਤਾਬਾਂ ਨੂੰ ਇਸ ਤਰ੍ਹਾਂ ਦਾ ਚਲੋ ਰਿਸਪੋਂਸ ਮਿਲਿਆ, ਅਤੇ ਮੈਂ ਜਿੰਨਾ ਕੁ ਵੀ ਆਪਦਾ ਵਿੱਤ ਸੀਗਾ ਉਸ ਤਰ੍ਹਾਂ। ਸੋ ਇਹ ਮੈਂ ਕਿਸੇ ਪਰਫੈਕਸ਼ਨ ਦਾ ਦਾਅਵਾ ਨਹੀਂ ਕਰਦਾ, ਵੈਸੇ ਤਾਂ ਕੋਈ ਮਨੁੱਖ ਵੀ ਨਹੀਂ ਕਰ ਸਕਦਾ, ਕਿੱਡਾ ਵਿਦਵਾਨ ਵੀ ਕਿਉਂ ਨਾ ਹੋਵੇ, ਮਤਲਬ ਹੋਣਗੀਆਂ ਕਮੀਆਂ ਪੇਸ਼ੀਆਂ ਹਰ ਬੰਦੇ 'ਚ ਵੀ, ਹਰ ਵਿਦਵਾਨ 'ਚ ਹੋਣਗੀਆਂ, ਉਹ ਤਾਂ ਸੰਵਾਦ ਚੱਲ ਸਕਦਾ, ਉਸਾਰੂ ਇੱਕ ਕੰਸਟਰਕਟਿਵ ਡਿਸਕਸ਼ਨ ਉਹ ਚੱਲ ਸਕਦੀ ਹੈ, ਪਰ ਉਹ ਵੀ ਸਾਡੇ ਮਾਹੌਲ ਨਹੀਂ ਰਿਹਾ। ਸਾਡੇ ਜਾਂ ਤਾਂ ਚਿੱਕੜ ਉਛਾੜੀ ਹੈ, ਟੋਟਲ ਰਿਜੈਕਸ਼ਨ, ਜਾਂ ਬਿਲਕੁਲ ਜਿਵੇਂ ਭਗਤੀ ਵੀ ਸਭ ਠੀਕ, ਜਾਂ ਸਾਰਾ ਠੀਕ ਹੈ ਜਾਂ ਗਲਤ ਹੈ, ਬਲੈਕ ਐਂਡ ਵਾਈਟ, ਗਰੇ ਏਰੀਆ ਕਿਤੇ। ਸੋ ਇਹ ਜਿਹੜਾ ਸੀਗਾ ਇਸ ਤਰ੍ਹਾਂ ਦਾ ਪ੍ਰੋਜੈਕਟ, ਮੈਂ ਤਾਂ ਇਹ ਜੋੜ ਕੇ ਸਾਰੀਆਂ ਗੱਲਾਂ ਨੂੰ ਦੱਸਣ ਦਾ ਕੋਸ਼ਿਸ਼ ਕੀਤਾ ਕਿ ਹੁਣ ਉੱਥੇ, ਕਿਉਂਕਿ ਮੈਂ ਜਿੱਥੇ ਵੀ ਜਾਂਦਾ ਬੰਦੇ ਵੱਧ ਬਹੁਤ ਕੰਸਰਨ ਪੰਜਾਬ ਬਾਰੇ, ਕਿ ਐਂ ਲੱਗਦਾ ਕਿ ਭੱਠਾ ਵਹਿ ਗਿਆ ਬਿਲਕੁਲ, ਖਾਸ ਕਰਕੇ ਨਸ਼ਿਆਂ ਦਾ ਉੱਥੇ ਜੋ ਜਿਸ ਪੱਧਰ 'ਤੇ ਹੋ ਗਿਆ, ਅਤੇ ਨਸ਼ਿਆਂ ਨੇ ਜਿਸ ਕਿਸਮ ਦਾ ਬੰਦਿਆਂ ਨੂੰ ਕਮਜ਼ੋਰ ਕਰਤਾ, ਪਰ ਬੰਦੇ ਰਹੇ ਨਹੀਂ ਬਿਲਕੁਲ, ਇੱਕ ਜਿਹਾ ਪਸ਼ੂਆਂ ਦੀ ਲੈਵਲ 'ਤੇ ਬੰਦੇ ਡਿੱਗ ਪਏ ਨੇ। ਜਿਹੜਾ ਬੰਦਾ ਨਸ਼ਿਆਂ ਦਾ ਗੁਲਾਮ ਹੋ ਗਿਆ ਉਹਦੇ ਵਾਸਤੇ ਕੋਈ ਮੋਰੈਲਿਟੀ, ਕੋਈ ਰਿਸ਼ਤਾ, ਕੁਛ ਵੀ ਨਹੀਂ। ਕਦੇ ਪੰਜਾਬ ਦੇ ਸਮਾਜ 'ਚ ਖਬਰ ਸੁਣੀ ਸੀ ਕਿ ਪੁੱਤ ਨੇ ਮਾਂ ਵੱਢਤੀ ਕਿਸੇ ਨੇ ਕੁਹਾੜੀ ਨਾਲ, ਕਿਸੇ ਨੇ ਕਹੀ ਨਾਲ, ਉਂਝ ਲੜਾਈ ਹੋ ਗਈ ਕਿਤੇ ਆਪਸ ਵਿੱਚ ਹੀ, ਬੰਦਿਆਂ ਦੀ ਬੰਦਾ ਮਾਰਤਾ, ਉਹ ਤਾਂ ਗੱਲ ਸੀਗੀ ਵੀ ਮਾਂ ਨੂੰ ਮਾਰਦੇ ਬੰਦਾ, ਇਹ ਹੁਣ ਤੁਸੀਂ ਖਬਰਾਂ ਦੇਖੋ ਕਿੰਨੀਆਂ ਆ ਰਹੀਆਂ, ਇਹ ਡਿਸਟਰਬਿੰਗ ਨਹੀਂ ਸਾਡੇ ਵਾਸਤੇ ਕਿੰਨੀਆਂ, ਕੀ ਹੋ ਗਿਆ, ਕਿੱਥੇ ਜਾ ਖੜੀ, ਕਿੱਥੇ ਨਿਗਰ ਗਏ, ਕਿੱਥੇ ਜਾ ਡਿੱਗਿਆ ਸੀ, ਇੱਥੋਂ ਕੱਢਣ ਵਾਸਤੇ ਭਗਵੰਤ ਮਾਨ ਥੋੜ੍ਹਾ ਕਰ ਲਊ ਜਾਂ ਮਨਪ੍ਰੀਤ ਥੋੜ੍ਹਾ ਕਰ ਲਊਗਾ, ਇਹ ਤਾਂ ਕੋਈ ਵੱਡੀ ਹਸਤੀ, ਕੋਈ ਵੱਡਾ ਉੱਦਮ ਹੋਣਾ ਚਾਹੀਦਾ ਹੋਊਗਾ ਤਾਂ। ਅਤੇ ਦੂਜੀ ਗੱਲ ਇਹ ਹੈ ਕਿ ਪਹਿਲਾਂ ਟਰਾਈ ਟੂ ਅੰਡਰਸਟੈਂਡ ਇਟ, ਕਿਸੇ ਵੀ ਮਸਲੇ ਦਾ ਜੇ ਹੱਲ ਕਰਨਾ, ਕਿਸੇ ਵੀ ਪ੍ਰੋਬਲਮ ਦਾ ਫਸਟ ਸਟੈਪ ਤਾਂ ਇਹ ਹੈ ਵੀ ਉਹਨੂੰ ਪੂਰਾ ਅੰਡਰਸਟੈਂਡ ਕਰੋ। ਜੇ ਅਸੀਂ ਫੁੱਲੀ ਅੰਡਰਸਟੈਂਡ ਹੀ ਨਹੀਂ ਕੀਤਾ, ਅਸੀਂ ਉਹਨੂੰ ਕਿਵੇਂ ਬਦਲ ਦਿਆਂਗੇ, ਉਹਦਾ ਹੱਲ ਕਿਵੇਂ ਕੱਢ ਲਾਂਗੇ। ਅਤੇ ਅੰਡਰਸਟੈਂਡ ਕਰਨ ਵਾਸਤੇ ਆਹੀ ਹੁੰਦਾ, ਸੈਮੀਨਾਰ ਹੋਣ, ਸੰਵਾਦ ਹੋਣ।
ਇੱਕ ਬੰਦਾ ਨਹੀਂ ਕਰ ਸਕਦਾ, ਟੋਟਲ ਜਿਹੜਾ ਹੈਗਾ ਟੇਲੈਂਟ ਕੌਮ ਦਾ ਉਹ ਪੂਲ ਹੋਵੇ ਅਤੇ ਵਿਦਵਾਨ ਇਸ ਤਰ੍ਹਾਂ ਦੇ ਮਾਹੌਲ ਪੈਦਾ ਕਰਨ, ਇਸ ਤਰ੍ਹਾਂ ਦਾ ਰਚਿਆ ਜਾਵੇ। ਪਰ ਤੁਸੀਂ ਦੇਖ ਲਓ ਕਿੰਨਾ ਕੁ ਹੋ ਰਿਹਾ, ਉਹ ਪ੍ਰੋਸੈਸ ਹੀ ਠੱਪ ਹੋਇਆ ਪਿਆ। ਇੱਕ ਦੂਜੇ ਦਾ ਨਿੰਦਿਆ ਭੰਡੀ ਪ੍ਰਚਾਰ ਤਾਂ ਹੋ ਰਿਹਾ, ਪਰ ਇੱਕ ਉਸਾਰੂ ਬਹਿਸ ਜਿਹਤੇ ਅਸੀਂ ਮਾਣ ਕਰਦੇ ਹਾਂ, ਬਾਬਾ ਨਾਨਕ ਨੇ ਜੋ ਤੋਰੀ ਸੀਗੀ ਗੋਸ਼ਟੀ ਦੀ ਜਾਂ ਸੰਵਾਦ ਦੀ, ਬਿਲਕੁਲ ਆਪੋਜਿਟ ਵਿਊਜ਼ ਵਾਲੇ ਬੰਦਿਆਂ ਨਾਲ ਜਾ ਕੇ। ਇੱਥੇ ਤਾਂ ਇੰਨੇ ਆਪੋਜਿਟ ਵਿਊ ਵੀ ਨਹੀਂ, ਥੋੜ੍ਹੇ ਬਖਰੇਵੇਂ ਜਿਹੀ ਹੈ ਇੱਕ ਧਾਰਾ 'ਚ ਹੀ। ਸੋ ਕਾਰਨ ਇਹ ਕਿ ਅਸੀਂ ਉਸ ਗੱਲ ਨੂੰ ਟੁੱਟ ਚੁੱਕੇ, ਗੁਰੂਆਂ ਦੀ ਉਹ ਪ੍ਰੇਰਨਾ ਜੋ ਸਾਨੂੰ, ਜਿਹਨੇ ਸਾਨੂੰ ਬਦਲਣਾ ਸੀ, ਜਿਹਨੇ ਸਾਨੂੰ ਸੇਧ ਦੇਣੀ ਸੀ, ਜਿਹਨੇ ਸਾਨੂੰ ਤਾਕਤ ਦੇਣੀ ਸੀ, ਉਹ ਗਾਇਬ ਹੋ ਗਈ ਹੈ। ਇਹ ਦੁਨਿਆਵੀ ਗੱਲਾਂ ਦੇ, ਦੁਨਿਆਵੀ ਪੜ੍ਹਾਈਆਂ ਦੇ, ਦੁਨਿਆਵੀ ਸਿਆਣਪਾਂ ਦੇ, ਇਹ 'ਤੇ ਅਸੀਂ ਜ਼ਿਆਦਾ ਡਿਪੈਂਡ ਹੋ ਗਏ ਕਿ ਇਹਦੇ ਵਿੱਚੋਂ ਕੁਛ ਨਿਕਲਿਆ ਹੋਊਗਾ। ਇਹਦਾ ਰੋਲ ਹੈ ਪਰ ਵੈਰੀ ਸੈਕੰਡਰੀ ਅੱਜ ਦੀ ਸਿਚੁਏਸ਼ਨ 'ਚ। ਅਤੇ ਮੈਨੂੰ ਲੱਗਦਾ ਸਾਡੀ ਜਿੱਥੋਂ ਗੜਬੜ ਸ਼ੁਰੂ ਹੋਈ ਹੈ ਗੁਰਬਾਣੀ ਨਾਲੋਂ ਅਤੇ ਗੁਰੂ ਨਾਲ ਟੁੱਟਣ ਨਾਲ, ਉਹਦੇ 'ਚੋਂ ਇਹੀ ਕੁਛ ਆਉਣਾ ਸੀ। ਇਹ ਸੰਤਾਪ ਭੋਗਣਾ ਹੀ ਪੈਣਾ ਸੀ ਕੌਮ ਨੂੰ, ਉਹਦੇ ਵਿੱਚੋਂ ਅਜੇ ਵੀ ਇਹ ਲੰਘ ਰਹੇ ਹਾਂ। ਇਹਨੂੰ ਮੋੜਾ ਕੋਈ ਵੱਡੀ ਹਸਤੀ ਜਿਵੇਂ ਸੰਤਾਂ ਨੇ ਉਦੋਂ ਪਾਇਆ ਸੀ, ਜਦੋਂ ਉਹ ਮੋੜਾ ਪੈਂਦਾ ਉਹ ਫਿਰ ਬਹੁਤ ਛੇਤੀ ਪੈਂਦਾ। ਸੰਤਾਂ ਨੇ ਦਿਨਾਂ 'ਚ ਆ ਕੇ ਮਾਹੌਲ ਬਦਲਤਾ ਸੀ, ਦ੍ਰਿਸ਼ ਹੀ ਬਦਲਤਾ ਸੀ ਸਾਰਾ। ਸੋ ਇਸ ਤਰ੍ਹਾਂ 'ਤੇ ਇਹਦੇ 'ਚ ਹੁਣ ਆਪਾਂ ਕੁਛ ਨਹੀਂ ਵੀ ਆਪਾਂ ਜਿਵੇਂ ਹੁਣ ਅਕਾਲੀ ਦਲ ਤੋਂ ਵੱਖ ਹੋਏ ਬੰਦੇ ਨਾ, ਮਤਲਬ ਕਿੰਨੀ ਬੱਚਿਆਂ ਵਾਲੀ ਗੱਲ ਕਰਦੇ ਆ ਵੀ ਮਤਾ ਪਾਇਆ ਵੀ ਕੋਈ ਧਾਰਮਿਕ ਹਸਤੀ ਲੱਭੀ ਜਾਵੇ, ਜਿਵੇਂ ਬਾਜ਼ਾਰ 'ਚੋਂ ਮਿਲਦੀ ਹੁੰਦੀ ਹੈ ਨਾ ਕੋਈ ਵੀ ਕਿਸੇ ਦੁਕਾਨ ਤੋਂ ਸਟੋਰ ਤੋਂ ਇਹੋ ਜਿਹੀ ਹਸਤੀ ਲਿਆਈਏ ਜਿਹੜੀ ਅਕਾਲੀ ਦਲ ਦਾ ਪ੍ਰਧਾਨ ਬਣੇ, ਲੱਭਣ ਥੋੜ੍ਹਾ, ਮਤਲਬ ਉਹ ਤਾਂ ਆਪੇ ਪ੍ਰਗਟ ਹੋ। ਸੰਤਾਂ ਨੂੰ ਕੌਣ ਲੱਭ ਕੇ ਲਿਆਇਆ ਸੀ? ਇਹ ਲੱਭਣ ਵਾਲੀ ਜਿਹੜੀ ਗੱਲ ਹੈ, ਜਿਹੜੀ ਇਹ ਸੋਚ ਦੇਤੀ, ਉਹਦੇ 'ਚੋਂ ਸ਼ੰਕੇ ਅਤੇ ਉਹ ਖੜ੍ਹੇ ਹੁੰਦੇ ਨੇ ਵੀ ਸੰਤਾਂ ਨੂੰ ਕੌਣ ਲਿਆਇਆ। ਸਵਾਲ ਉੱਠਿਆ ਸੀ ਨਾ ਵੀ ਸੰਤਾਂ ਨੂੰ ਕਾਂਗਰਸ ਲਿਆਈ ਜੀ ਅਕਾਲੀਆਂ ਨੂੰ ਕਮਜ਼ੋਰ ਕਰਨ ਵਾਸਤੇ। ਫਿਰ ਦੀਪ ਸਿੱਧੂ ਆਇਆ ਕਿਸਾਨ ਅੰਦੋਲਨ 'ਚ, ਸਾਰੇ ਸਵਾਲ ਇਹ ਤਾਂ ਹੋ ਗਏ, ਮਤਲਬ ਵੀ ਅਚਾਨਕ ਕਿੱਥੋਂ ਆ ਗਿਆ, ਇਹਨੂੰ ਕੌਣ ਲਿਆਇਆ, ਇਹਦੇ ਪਿੱਛੇ ਕੌਣ ਹੈ। ਆਹ ਹੈ ਸਾਡੀ ਜਿਹੜੇ ਤੋਂ ਮਨ, ਜਦੋਂ ਮਨ ਕਮਜ਼ੋਰ ਹੋ ਜਾਵੇ ਨਾ, ਉਹ ਇਹਨਾਂ ਸ਼ੰਕਿਆਂ ਅਤੇ ਸਵਾਲਾਂ 'ਚ ਘਿਰ ਜਾਂਦਾ, ਇੱਕ ਦੂਜੇ 'ਤੇ ਬੇਵਿਸ਼ਵਾਸੀ, ਉਹਦੇ 'ਚੋਂ ਫਿਰ ਕੁਛ ਨਹੀਂ ਨਿਕਲ ਸਕਦਾ ਹੁੰਦਾ। ਉਹ ਹੁਣ ਸਾਡੇ ਬਹੁਤ ਫੈਲ ਗਈ ਹੈ। ਆਪਾਂ ਜੀ ਅੰਮ੍ਰਿਤਪਾਲ ਸਿੰਘ ਬਾਰੇ ਵੀ, ਇਹਨੂੰ ਇਹਨੂੰ ਦੁਬਈ ਤੋਂ ਕੌਣ ਲਿਆਇਆ, ਇਹਦੇ ਪਿੱਛੇ ਕਿਹਦੀ ਸਾਜਿਸ਼ ਹੈ, ਮੈਂ ਇੱਥੇ ਆ ਗਿਆ ਮਤਲਬ ਇਹਨੂੰ ਫੜਦੇ ਕਿਉਂ ਨਹੀਂ, ਇਹਨੂੰ ਬਾਹਰ ਆਉਣ ਦੀ ਇਜਾਜ਼ਤ ਕਿਵੇਂ ਦੇ ਦਿੰਦੇ ਨੇ, ਵੀ ਬੰਦਿਆਂ ਨੂੰ ਤਾਂ ਉੱਥੇ ਕਿਤਾਬਾਂ ਰੱਖਣ ਵਾਸਤੇ ਲਿਟਰੇਚਰ ਰੱਖਣ ਕਰਕੇ ਸਜ਼ਾ ਹੋ ਗਈ ਰੋਪੜ 'ਚ ਕੁਛ ਮੁੰਡਿਆਂ ਨੂੰ, ਜਿਹਦਾ ਮਤਲਬ ਇਹਦੇ ਪਿੱਛੇ ਕੋਈ ਚੱਕਰ ਹੈ। ਸੋ ਇਹ ਜਿਹੜਾ ਹੋ ਗਿਆ ਨਾ, ਇੰਨਾ ਸ਼ੱਕ, ਵਿਸ਼ਵਾਸ ਹੀ ਟੁੱਟ ਗਏ। ਅਤੇ ਜਦੋਂ ਮਨ 'ਚੋਂ ਵਿਸ਼ਵਾਸ ਹੀ ਟੁੱਟ ਜਾਣ ਬੰਦਿਆਂ ਬਾਰੇ ਵੀ ਅਤੇ ਗੱਲਾਂ ਬਾਰੇ ਵੀ, ਫਿਰ ਉਹ ਲੜ ਕਿਵੇਂ ਸਕਦੇ। ਸੋ ਮੈਨੂੰ ਮਤਲਬ ਇਹ ਜਿਹੜੀ ਸਾਰੀ ਗੱਲ ਦੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਸੀ ਉਹ ਕਈ ਪੱਖਾਂ ਤੋਂ ਬੜਾ ਟਰਨਿੰਗ ਪੁਆਇੰਟ ਸੀ।
ਕਿਉਂਕਿ ਪਹਿਲਾਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਰੋਸ ਵਿੱਚੋਂ ਉੱਠੇ, ਸੰਘਰਸ਼ ਚੱਲਿਆ, ਖਾੜਕੂ ਲਹਿਰ ਚੱਲੀ, ਜਦੋਂ 95 'ਚ ਆ ਕੇ ਸਮਝ ਲਓ ਉਹ ਖਤਮ ਹੋ ਗਿਆ। ਉਦੋਂ ਬਾਅਦ ਲਗਾਤਾਰ ਸਰਗਰਮੀ ਤਾਂ ਹੁੰਦੀ ਆਈ ਹੈ, ਵੱਡੇ ਵੱਡੇ ਇਕੱਠ, ਵੱਡੇ ਵੱਡੀਆਂ ਸਭ ਕੁਛ ਹੁੰਦਾ ਆਇਆ, ਕੌਮ ਬੈਠੀ ਕਿਤੇ ਨਹੀਂ। ਪਰ ਨਾ ਇੱਕ ਹਰਕਤ ਜੀ ਰੋਕੀ ਪਈ ਸੀ, ਖੜੋਤ ਆ ਗਈ ਸੀ। ਅਤੇ ਕਿਸਾਨ ਅੰਦੋਲਨ ਦੌਰਾਨ ਉਹ ਖੜੋਤ ਟੁੱਟੀ। ਜਿਹੜੀ ਖੜੋਤ ਹੈ ਉਹ ਜਾਂ ਤਾਂ ਟੁੱਟਦੀ ਹੈ ਕਿਸੇ ਵੱਡੇ ਐਕਸ਼ਨਾਂ ਨਾਲ, ਇਤਿਹਾਸ ਦੇ ਵਿੱਚ ਐਡੀ ਕੋਈ ਕਿਸੇ ਨੇ ਕਾਰਵਾਈ ਕਰਤੀ ਜਿਵੇਂ ਸੰਤਾਂ ਨੇ ਕੀਤਾ ਸੀ, ਅਮਲੀ ਲਹਿਰ ਨੇ ਨਾ ਕੁਛ ਇਹੋ ਜਿਹੇ ਕਾਰਨਾਮੇ ਕਰਤੇ, ਉਹਦੇ ਨਾਲ ਖੜੋਤ ਟੁੱਟ ਗਈ। ਅਸੀਂ ਯੂਜ ਟੂ ਸੀ ਉਹਨੂੰ, ਪਰ ਖੜੋਤ ਇੱਕ ਹੋਰ ਚੀਜ਼ ਨਾਲ ਵੀ ਟੁੱਟਦੀ ਹੈ, ਜਿਹੜੀ ਗੁਰੂਆਂ ਨੇ ਵੀ ਤੋੜੀ ਸੀ, ਉਹ ਟੁੱਟਦੀ ਹੈ ਨੈਰੇਟਿਵ ਨਾਲ। ਕਿ ਇੱਕ ਨੈਰੇਟਿਵ ਦੀ ਤੁਸੀਂ ਜਾਕਟ 'ਚ ਆ ਚੁੱਕੇ ਹੋ, ਵਿਰੋਧੀ ਦੀ, ਦੁਸ਼ਮਣ ਦੀ, ਉਹ ਨੈਰੇਟਿਵ ਨੂੰ ਭੰਨਣਾ ਹੈ। ਜਦੋਂ ਤੁਹਾਡੇ ਮਨ ਉਸ ਨੈਰੇਟਿਵ ਤੋਂ ਮੁਕਤ ਹੋਣਗੇ, ਇੱਕ ਫਿਰ ਸਿਫਤੀ ਤੌਰ 'ਤੇ ਵੱਖਰੀ ਹਾਲਤ ਪੈਦਾ ਹੁੰਦੀ ਹੈ। ਸੋ ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਨੇ ਦੀ ਕੰਟਰੀਬਿਊਸ਼ਨ ਇਹ ਸੀਗੀ ਕਿ ਉਹਨੇ ਜਿਹੜਾ ਨੈਰੇਟਿਵ ਰਚਿਆ, ਜਿਹੜੇ ਸੰਕਲਪ ਭੁੱਲ ਚੁੱਕੇ ਸੀ ਲੋਕਾਂ ਦੇ ਮਨਾਂ 'ਚੋਂ, ਪਾਤਸ਼ਾਹੀ ਦਾਵਾ ਹੋਣ ਦਾ ਮਸਲਾ, ਕਿਉਂਕਿ ਲੜਤਾ ਰਹੇ ਨੇ ਉੱਥੇ ਭਾਵਾਂ ਵਾਸਤੇ, ਫਸਲਾਂ ਵਾਸਤੇ। ਹੁਣ ਇਹ ਕਹਿਣਾ ਕਿ ਮਸਲਾ ਫਸਲਾਂ ਦਾ ਨਹੀਂ, ਨਸਲਾਂ ਦਾ, ਮਸਲਾ ਸਾਡੀ ਹੋਣ ਦਾ, ਇੱਕ ਐਡਾ ਵੱਡਾ ਤੁਸੀਂ ਫੋਕਸ ਕਿਤੇ ਹੋਰ ਕਰ ਦੇਣਾ ਗੱਲ ਨੂੰ, ਉਹਦੇ ਨਾਲ ਗੱਲ ਹੀ ਵੱਖਰੀ ਬਣਦੀ ਹੈ। ਅਤੇ ਉਹਦੇ ਵਿੱਚ ਜਿੰਨੀ ਸਮਰੱਥਾ ਸੀ, ਵਾਹਿਗੁਰੂ ਨੇ ਕੋਈ ਬਖਸ਼ੀ ਹੋਈ ਉਹਨੂੰ, ਅਤੇ ਉਸ ਕਰਕੇ ਉਹਨੂੰ ਦੇਖੋ ਹੁੰਗਾਰਾ ਕਿੰਨਾ ਦਿਨਾਂ 'ਚ ਸਾਡੀਆਂ ਤਾਂ ਅੱਖਾਂ ਸਾਹਮਣੇ ਹੋਇਆ ਨਾ, ਵੀ ਦਿਨਾਂ 'ਚ ਹੀ ਉਹ ਕਿਵੇਂ ਕਿੰਨਾ ਮਕਬੂਲ ਹੋ ਗਿਆ। ਹੁਣ ਜਦੋਂ ਕੋਈ ਬੰਦਾ ਅਚਾਨਕ ਆਉਂਦਾ ਹੈ ਉਹਦੇ 'ਤੇ ਵੀ ਸਵਾਲ, ਅਤੇ ਜੇ ਲੋਕਾਂ 'ਚ ਇੰਨਾ ਹਰਮਨ ਪਿਆਰਾ ਹੋ ਜਾਂਦਾ ਉਹ 'ਤੇ ਵੀ ਤਕਲੀਫ ਤਾਂ ਹੋਣੀ ਹੈ। ਜੇ ਇੱਕ ਬੰਦਾ ਆ ਕੇ ਨਵਾਂ ਜਗ੍ਹਾ ਬਣਾਉਂਦਾ ਉਹ ਕਿਸੇ ਨੂੰ ਪਾਸੇ ਤਾਂ ਧੱਕਦਾ ਹੀ ਹੈ ਨਾ, ਅਤੇ ਜਿਹਨੂੰ ਧੱਕਤਾ ਉਹਨੂੰ ਤਾਂ ਤਕਲੀਫ ਹੋਣੀ ਹੋਣੀ ਹੈ, ਉਹਨੇ ਤਾਂ ਇਹ ਸਵਾਲ ਖੜ੍ਹੇ ਕਰਨੇ ਹੀ ਕਰਨੇ ਹੈ। ਸੋ ਉਹਨੇ ਬਹੁਤ ਧੱਕੇ, ਉਹਨੇ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਈਵਨ ਪੰਥ ਖੇਤਰ ਦੇ ਵਿੱਚ ਵੀ ਜਿਹੜੇ ਬੰਦਿਆਂ ਨੇ ਆਪਦੀ ਇੱਕ ਸਰਦਾਰੀ ਸਥਾਪਤ ਲੱਗਦਾ ਸੀ ਕਿ ਕੀਤੀ ਹੋਈ ਹੈ, ਉਹਨੇ ਸਾਰੇ ਇੱਕ ਵਾਰ ਪਾਸੇ ਕੀਤੇ, ਅਤੇ ਲੋਕਾਂ ਨੂੰ ਉਹ ਤੋਂ ਆਸ ਬੱਝੀ ਅਤੇ ਉਹਦੇ ਵੱਲ ਦੇਖਣ ਲੱਗੇ। ਉਹ ਸਹਿਣ ਨਹੀਂ ਸੀ ਹੋਣਾ, ਭਾਵੇਂ ਦੀਪ ਸਿੱਧੂ ਨੇ ਕੋਈ ਹਥਿਆਰ ਨਹੀਂ ਚੁੱਕਿਆ ਸੀ, ਪਰ ਉਹਦਾ ਨੈਰੇਟਿਵ ਇਹੋ ਜਿਹਾ ਸੀ, ਉਹ ਝੱਲਣਾ ਬਹੁਤ ਔਖਾ ਸੀ। ਜਿੰਨੀ ਛੇਤੀ ਉਹਨੇ ਲੋਕਾਂ ਦੀਆਂ ਜਵਾਨਾਂ 'ਤੇ ਚਾੜ੍ਹਤੇ। ਮੈਂ ਇੱਕ ਵਾਰ ਬਹੁਤ ਹੈਰਾਨ ਹੋਇਆ, ਪਿੰਡ ਦੇ ਵਿੱਚ ਰੈਲੀ ਹੋ ਰਹੀ ਆ ਕਿਸਾਨਾਂ ਦੀ, ਉੱਥੇ ਇੱਕ ਬੀਬੀ ਅਨਪੜ੍ਹ ਜਿਹੜੀ ਔਰਤ ਮਿਡਲ ਏਜਡ, ਉਹ ਬੋਲ ਰਹੀ ਹੈ ਵੀ ਮਸਲਾ ਸਾਡੀ ਹੋਣ ਦਾ। ਹੁਣ ਇਹ ਕਿਤੇ ਕਿਸਾਨ ਬੀਬੀਆਂ ਦੇ ਮੂੰਹਾਂ 'ਚੋਂ ਇਹ ਗੱਲ ਸੁਣੀ ਸੀ ਕਿਤੇ? ਉੱਥੇ ਤਾਂ ਇਹੀ ਸੀ ਵੀ ਇੰਨੇ ਭਾਅ ਕਣਕ ਦਾ ਆਹ ਰੇਟ ਕੀਤਾ ਜਾਵੇ, ਫਲਾਨੀ ਫਸਲ ਦਾ ਆਹ ਕੀਤਾ ਜਾਵੇ। ਸੋ ਫਸਲਾਂ ਤੋਂ ਨਸਲਾਂ ਤੱਕ ਲੈ ਕੇ ਜਾਣਾ ਨਾ ਗੱਲ ਨੂੰ, ਅਤੇ ਇਹਨੂੰ ਹੋਣ ਦਾ, ਅਤੇ ਫਿਰ ਗਾਂ ਪਾਤਸ਼ਾਹੀ ਦਾਅਵੇ ਨਾਲ ਜੋੜਨਾ, ਫਿਰ ਕਲਾ ਵਰਤਣ ਦਾ ਜਿਹੜਾ ਇੱਕ ਵਿਸ਼ਵਾਸ ਆ ਵੱਡਾ ਵੀ ਜੋ ਕੁਛ ਵਾਪਰ ਰਿਹਾ ਕਿਸੇ ਵੱਡੇ ਸਿਸਟਮ ਦੇ ਅਧੀਨ ਵਾਪਰ ਹੈ, ਜਿਹਨੂੰ ਸਾਡੀ ਅਕਲ ਨਹੀਂ ਫੜ ਸਕਦੀ, ਉਹਨੂੰ ਕਲਾ ਵਾਪਰਨਾ ਕਹਿ ਸਕਦੇ। ਸ਼ਹੀਦ ਸਿੰਘਾਂ ਦਾ ਪਹਿਰਾ, ਜਿਹੜੇ ਸਾਡੇ ਪਿੱਲਰਸ ਨੂੰ ਵਿਸ਼ਵਾਸ ਦੇ, ਕਿਉਂਕਿ ਸਾਡੇ ਵਿਸ਼ਵਾਸ ਕਮਜ਼ੋਰ ਹੋ ਗਏ ਸੀ।
ਉਹ ਦੀਪ ਸਿੱਧੂ ਨੇ ਥੋੜ੍ਹੇ ਜਿਹੇ ਸਮੇਂ 'ਚ ਉਹ ਰੀਸਟੋਰ ਕਰਤੀ। ਸੋ ਇੱਥੇ ਮੈਂ ਬਾਹਲਾ ਦੀਪ ਸਿੱਧੂ ਬਾਰੇ ਨਹੀਂ, ਕਿਉਂਕਿ ਕੱਲ੍ਹ ਨੂੰ ਫਰੀ ਮਾਊਂਟ ਹੋ ਰਿਹਾ ਸੈਮੀਨਾਰ, ਉੱਥੇ ਸਪੈਸ਼ਲੀ ਵਿਸ਼ਾ ਹੀ ਦੀਪ ਸਿੱਧੂ 'ਤੇ ਆ, ਦੀ ਕੰਟਰੀ ਉਹਦੀ ਕੰਟਰੀਬਿਊਸ਼ਨ ਕੀ ਹੈ, ਕਿਉਂਕਿ ਮੇਰਾ ਉਹਦੇ ਨਾਲ ਬਹੁਤ ਨੇੜਲਾ ਕਲੋਜ ਬਾਹਰ ਆ ਸਾਰੇ ਪੀੜ ਦੇ ਵਿੱਚ, ਅਤੇ ਮੈਂ ਉਹਨੂੰ ਓਬਜ਼ਰਵ ਕੀਤਾ, ਮੈਂ ਉਹਨੂੰ ਸਮਝਣ ਦਾ ਯਤਨ ਕੀਤਾ। ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਸਾਰੇ ਕੁਛ ਨੂੰ ਕਿਵੇਂ ਉਹ ਪੇਸ਼ ਕਰਨਾ। ਅਤੇ ਮੈਂ ਹੈਰਾਨ ਹੋਇਆ ਐਤਕੀ ਜਦੋਂ ਬਾਹਰ ਆਇਆ ਕਿ ਜਿੱਥੇ ਵੀ ਮੈਂ ਗਿਆ, ਖਾਸ ਕਰਕੇ ਕੈਨੇਡਾ 'ਚ, ਇੰਨੇ ਲੋਕ, ਬੀਬੀਆਂ ਖਾਸ ਕਰਕੇ, ਚੰਗੀਆਂ ਏਜਡ ਬੀਬੀਆਂ ਵੀ, ਮਤਲਬ ਮੇਰੇ ਕੋਲ ਆ ਕੇ ਰੋਣ ਲੱਗ ਜਾਂਦੀਆਂ ਸੀ, ਬੋਲਿਆ ਨਹੀਂ ਸੀ ਜਾਂਦਾ। ਭਾਵਨਾਵਾਂ ਕਿ ਦੀਪ ਪ੍ਰਤੀ, ਅਤੇ ਵੀ ਦੀਪ ਸਿੱਧੂ ਦੀਆਂ ਗੱਲਾਂ ਕਰੋ। ਟਰਾਂਟੋ 'ਚ ਮੈਂ ਗਿਆ, ਉੱਥੇ ਨੌਜਵਾਨ 3-4 ਮੇਰੇ ਕੋਲ ਆਏ, ਸੰਗਦੇ ਜੇ ਬਿਲਕੁਲ ਹੀ ਨਵੇਂ ਮੁੰਡੇ, ਕਹਿੰਦੇ ਜੀ ਤੁਹਾਡਾ ਹੱਥ ਟੱਚ ਕਰ ਲਈਏ ਜਿਹੜਾ ਤੁਸੀਂ ਦੀਪ ਨਾਲ ਬੁਲਾਉਂਦੇ ਸੀ। ਇਹ ਗੱਲਾਂ ਪਹਿਲਾਂ ਕਦੇ ਹੋਈਆਂ ਨਹੀਂ ਸੀ, ਇਸ ਕਰਕੇ ਉਹ ਕੋਈ ਆਮ ਜਿਹਾ ਬੰਦਾ ਤਾਂ ਹੈ ਹੀ ਨਹੀਂ ਸੀ। ਸੋ ਉਹ ਸਾਰੀਆਂ ਗੱਲਾਂ ਨੂੰ, ਮਤਲਬ ਤੁਸੀਂ ਦੇਖੋ ਤਾਕਤ ਕਿੰਨੀ ਹੁੰਦੀ ਹੈ, ਵੀ ਬੰਦੇ 'ਤੇ ਇੰਨਾ ਸ਼ੱਕ ਦੇ ਦਾਇਰੇ 'ਚ ਲਿਆਤਾ, ਫਿਰ ਫੋਟੋਆਂ ਮਿਲ ਗਈਆਂ, ਚਲੋ ਕੁਛ ਨਾ, ਉਹਨੇ ਬਥੇਰੀ ਉਹਦੀ ਵਿਆਖਿਆ ਦਿੱਤੀ ਵੀ ਫੋਟੋਆਂ ਕਦੋਂ ਖਿੱਚੀਆਂ, ਕਿਹਦਾ ਮਤਲਬ ਕੀ ਆ। ਉਦੋਂ ਬਾਅਦ ਮੈਂ ਹੋਰ ਤਰ੍ਹਾਂ ਆਇਆ, ਚਲੋ ਉਹ ਤੁਸੀਂ ਬੰਦੇ 'ਤੇ ਜਦੋਂ ਇੰਨਾ ਦੋਸ਼ ਹੀ ਲਾਤੇ ਐਡੇ, ਮੈਂ ਆਪਦੇ ਜੀਵਨ ਦੇ 'ਚ ਕਦੇ ਵੀ ਕਿਸੇ ਇੱਕ ਵਿਅਕਤੀ ਦੇ ਖਿਲਾਫ ਏਡੀ ਚਿੱਕੜੋਛਾਲੀ ਮੈਂ ਨਹੀਂ ਦੇਖੀ। ਕਿਸਾਨ ਜਥੇਬੰਦੀਆਂ, ਵਿਦਵਾਨ, ਇੰਟਲੈਕਚੁਅਲ, ਜਿਹੜੇ ਸਾਡਾ ਇੰਟੈਲੀਜੈਂਸੀ ਆ ਪੰਜਾਬ ਦਾ, ਸਾਰਾ ਭਾਰਤ ਦਾ ਮੀਡੀਆ, ਸਾਰੇ ਸੈਕੂਲਰਿਸਟ, ਉਹਨਾਂ ਵਾਸਤੇ ਜਿਵੇਂ ਵਸਦੀਪ ਨੂੰ ਇੱਕ ਜਿਵੇਂ ਡਿਮਨਾਈਜ਼ ਕੀਤਾ ਉਹਨਾਂ ਨੇ, ਅਤੇ ਫਿਰ ਅਲਟੀਮੇਟਲੀ ਜਿਸ ਹਾਲਤ 'ਚ ਉਹਦੀ ਮੌਤ ਹੋਈ, ਉਹ ਕੋਈ ਨੈਚੁਰਲ ਡੈਥ ਨਹੀਂ ਕਹੀ ਜਾ ਸਕਦੀ। ਠੀਕ ਆ ਬੰਦਿਆਂ ਦੇ ਮਨਾਂ 'ਚ ਕਨਫਿਊਜ਼ਨ, ਕਿਉਂਕਿ ਅਸੀਂ ਆਦੀ ਹੋ ਚੁੱਕੇ ਹਾਂ ਕੁਛ ਗੱਲਾਂ ਦੇ, ਕਿ ਸਾਨੂੰ ਜੇ ਦੁਸ਼ਮਣ ਸਿੱਧੀ ਗੋਲੀ ਮਾਰੂ ਅਸੀਂ ਫੇਰ ਹੀ ਮੰਨਾਂਗੇ ਸ਼ਹੀਦ ਹੋਇਆ ਬੰਦਾ, ਪਰ ਦੁਸ਼ਮਣ ਢੰਗ ਬਦਲਦਾ ਰਹਿੰਦਾ, ਅਤੇ ਉਹਨਾਂ ਨੇ ਢੰਗ ਬਦਲ ਲਿਆ ਅਤੇ ਸਾਡੇ ਬੰਦਿਆਂ ਪਤਾ ਨਾ ਲੱਗਿਆ। ਇਹੀ ਬਹਿਸ ਚੱਲੀ ਗਈ, ਉਹਨੂੰ ਸ਼ਹੀਦ ਕਹਿਣਾ ਕਿ ਨਹੀਂ ਕਹਿਣਾ, ਸਗੋਂ ਉਹਨੂੰ ਦੋਸ਼ੀ ਬਣਾ ਕੇ ਮਤਲਬ ਫਿਰ ਪੇਸ਼ ਕਰਨਾ। ਚਲੋ ਮੈਂ ਇਸ ਬਾਰੇ ਹੁਣ ਬਹੁਤਾ ਨਹੀਂ, ਉਹ ਕੱਲ੍ਹ ਨੂੰ ਉੱਥੇ ਬਕਾਇਦਾ ਸੈਮੀਨਾਰ ਦੇ ਵਿੱਚ ਇਹੀ ਵਿਸ਼ੇ ਦੇ ਉੱਤੇ ਜ਼ਿਆਦਾ ਗੱਲ ਹੋਊਗੀ। ਸੋ ਮੈਂ ਆਹ ਗੱਲਾਂ ਸੀਗੀਆਂ ਜਿਹੜੀਆਂ ਕੁਛ ਨਾ, ਵੀ ਪੰਜਾਬ ਬਾਰੇ ਸਾਰੇ ਬੰਦੇ ਚਿੰਤਾਜਨਕ, ਅਤੇ ਸਾਰੇ ਚਾਹੁੰਦੇ ਆ ਕਿ ਉੱਥੇ ਕੋਈ ਤਬਦੀਲੀ ਆਵੇ, ਪਰ ਉਹ ਤਬਦੀਲੀ ਕਿਵੇਂ ਆਵੇ ਇਸ 'ਤੇ ਪੂਰੀ ਅਜੇ ਹੈ ਨਹੀਂ। ਕੁਛ ਗੱਲਾਂ ਜਿਹੜੀਆਂ ਮਤਲਬ ਪਹਿਲਾਂ ਮਨਾਂ 'ਚੋਂ ਜਿਹਤੇ ਮੈਂ ਜ਼ੋਰ ਲਾ ਰਿਹਾ ਹਾਂ, ਵੀ ਇੱਕ ਤਾਂ ਸ਼ੱਕ ਕਰਨਾ, ਪਹਿਲੀ ਨਜ਼ਰੀ ਬੰਦੇ ਨੂੰ ਸ਼ੱਕ ਕਰਨਾ ਵੀ ਜੇ ਕੋਈ ਸਫਲ ਹੋ ਗਿਆ। ਇਹ ਨਾ ਪੈਟੀ ਜੋਇਸ ਪੈਟੀ ਗਰੂ ਹੈ, ਇੱਕ ਐਂਥਰੋਪਾਲੋਜਿਸਟ ਸਕੋਟਿਸ਼ ਹੈ ਨਾ, ਉਹਨੇ ਕਿਤਾਬ ਲਿਖੀ ਹੈ ਦੀ ਨੋਬਲ ਰੋਬਰ ਮੈਨ, ਉਹਦੇ 'ਚੋਂ ਜੱਟਾਂ ਦੀਆਂ ਦੁਸ਼ਮਣੀਆਂ ਕਿਵੇਂ ਪੈਂਦੀਆਂ। ਉਹ ਕਹਿੰਦੇ ਵੀ ਜੇ ਇੱਕ ਦਾ ਮੁੰਡਾ ਵੱਧ ਪੜ੍ਹ ਗਿਆ ਜਾਂ ਬੱਚਾ, ਉਹ 'ਤੇ ਵੀ ਜੈਲਸੀ, ਦੂਜੇ ਦੁਸ਼ਮਣੀ ਪੈ ਗਈ ਸਮਝ ਲਓ, ਦੂਜੀ ਆਧਾਰ ਟਿਕ ਗਿਆ। ਜੇ ਕਿਸੇ ਦਾ ਵਿਆਹ ਚੰਗੀ ਜਗ੍ਹਾ ਹੋ ਗਿਆ, ਸਮਝ ਲਓ ਦੁਸ਼ਮਣੀ ਪੈ ਗਈ।
ਜੇ ਕਿਸੇ ਨੇ ਘਰ ਚੰਗਾ ਪਾ ਲਿਆ ਦੁਸ਼ਮਣੀ ਪਏਗੀ, ਅਤੇ ਆਪਾਂ ਸਾਰਾ ਦੇਖਦੇ ਜੇ ਕਿਸੇ ਦਾ ਕਾਰੋਬਾਰ ਚੰਗਾ ਚੱਲ ਗਿਆ ਦੁਸ਼ਮਣੀ ਪਏਗੀ। ਤਾਂ ਫਿਰ ਉਹਦੇ ਬਾਰੇ ਇਸ ਤਰ੍ਹਾਂ ਦੀਆਂ ਮਤਲਬ ਗੱਲਾਂ ਫੈਲਾਉਣੀਆਂ, ਇਹ ਤੋਂ ਬਚੋ। ਅਤੇ ਅੰਮ੍ਰਿਤਪਾਲ ਬਾਰੇ ਵੀ ਇਸ ਤਰ੍ਹਾਂ ਹੀ ਹੋਇਆ। ਚਲੋ ਉਹਦੀ ਮਤਲਬ ਉਹਦੀ ਪੋਲੀਟਿਕਸ ਬਾਰੇ, ਉਹਦੇ ਕੁਛ ਫੈਸਲਿਆਂ ਬਾਰੇ, ਉਹਦੇ ਕੁਛ ਅਮਲਾਂ ਬਾਰੇ ਵਖਰੇਵੇਂ ਹੋ ਸਕਦੇ ਨੇ, ਉਹ ਤਾਂ ਨੈਚੁਰਲ ਹੈ। ਕੋਈ ਵੀ ਬੰਦੇ ਦੇ ਤੁਸੀਂ ਆਪਦਾ ਇੱਕ ਵਿਊ ਵੱਖਰਾ ਰੱਖ ਸਕਦੇ ਹੋ ਵੀ ਐਂ ਨਹੀਂ, ਐਂ ਕਰਨਾ ਚਾਹੀਦਾ ਸੀ ਜਾਂ ਆਹ ਕਰਨਾ ਗਲਤ ਸੀ, ਪਰ ਤੁਸੀਂ ਇੰਟੈਗਰਿਟੀ 'ਤੇ ਡਾਊਟ ਕਰਨ ਲੱਗ ਜਾਓ, ਲਿਆਂਦਾ ਹੀ ਉਹਨਾਂ ਨੇ ਆ, ਫਿਰ ਤੁਹਾਨੂੰ ਕਿਵੇਂ ਇੰਸਪਾਇਰ ਕਰੂਗਾ। ਸੋ ਜਿਵੇਂ ਸਿੱਧੂ ਮੂਸੇ ਵਾਲੇ ਨੇ ਕਿਹਾ ਸੀ ਨਾ ਵੀ ਇੱਥੇ ਤਾਂ ਮਰ ਕੇ ਹੀ ਸੱਚਾ ਦਿਖਾਉਣਾ ਪੈਂਦਾ ਵੀ ਮੈਂ ਸੱਚਾ, ਉਹਦੇ ਵਾਸਤੇ ਮਰਨਾ ਪੈਂਦਾ ਪਹਿਲਾਂ। ਇਹ ਰੋਗ ਸਾਡੇ ਲੱਗ ਗਿਆ ਬਹੁਤ ਜ਼ਿਆਦਾ, ਇਹ ਤਾਂ ਗੁਰਬਾਣੀ ਤੋਂ ਟੁੱਟੇ ਹਾਂ, ਮਨ ਕਮਜ਼ੋਰ ਹੋਏ ਨੇ, ਅਤੇ ਕਮਜ਼ੋਰ ਮਨਾਂ 'ਚ ਇਹੋ ਜਿਹਾ ਸਭ ਕੁਛ ਪੈਦਾ ਹੁੰਦਾ। ਮੇਰਾ ਖਿਆਲ ਹੈ ਹੁਣ ਕਾਫੀ ਸਮਾਂ ਹੋ ਗਿਆ।